ਵਾਹਿਗੁਰੂ ਸਾਰਿਆਂ ਨੂੰ ਹੁਕਮਨਾਮਾ ਸੁਣਿਆ ਹਾਂਜੀ ਕੋਈ ਪੰਕਤੀ ਯਾਦ ਹੈ ਇਹ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਗਿਵ ਮੀ ਸਾ ਅੰਡਰਸਟੈਂਡਿੰਗ ਗਿਵ ਮੀ ਸੱਚ ਅੰਡਰਸਟੈਂਡਿੰਗ ਵਿਦ ਵਿੱਚ ਆ ਜਪ ਯੋਰ ਨਾਮ ਸਾ ਮਤ ਦਿਓ ਦਿਆਲਤਾ ਜਿੱਤ ਤੁਮੇ ਰਾਤਾ ਆਪਾਂ ਸਾਰਿਆਂ ਨੇ ਰੋਜ਼ ਅਰਦਾਸ ਕੀ ਕਰਦੇ ਹਾਂ ਅਸੀਂ ਵੀ ਡੂ ਅਰਦਾਸ ਵੀ ਮੈਨੂੰ ਕਾਠੀ ਕੋਠੀ ਦੇ ਦਿਓ ਕਾਰ ਦੇ ਦਿਓ ਪੁੱਤਰ ਦੇ ਦਿਓ ਧੀ ਦੇ ਦਿਓ ਪੜ੍ਹਾਈ ਦੇ ਦਿਓ ਹੈ ਨਾ ਆਪਾਂ ਸਾਰੇ ਇਹੋ ਹੀ ਮੰਗਦੇ ਹਾਂ ਮਤਲਬ ਵਾਹਿਗੁਰੂ ਵੀ ਡਿਮਾਂਡ ਵਰਲਡਲੀ ਥਿੰਗਸ ਦੁਨੀਆ ਮੰਗਦੇ ਹਾਂ ਅਸੀਂ ਦੀਨ ਨਹੀਂ ਮੰਗਦੇ ਵੀ ਡੋਂਟ ਵਾਂਟ ਨਾਮ ਧਰਮ ਅਸੀਂ ਧਰਮ ਮੰਗਦੇ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਸੇ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਬਿਊਟੀਫੁਲ ਮੰਗ ਕੀ ਹੈ ਦ ਟਰੂ ਮੰਗ ਇਸ ਦ ਟਰੂ ਡਿਮਾਂਡ ਇਸ ਟੂ ਡਿਮਾਂਡ ਵਾਹਿਗੁਰੂ ਵਾਹਿਗੁਰੂ ਨੇਮ ਤਾਂ ਜਦੋਂ ਤੁਹਾਨੂੰ ਵਾਹਿਗੁਰੂ ਦਾ ਨਾਮ ਮਿਲ ਜਾਏਗਾ ਤੁਸੀਂ ਰੋਜ਼ ਪੜ੍ਹਦੇ ਹੋ ਨਾ ਤੇਗ ਬਹਾਦਰ ਸਿਮਰਿਆ ਘਰ ਫਿਰ ਬੋਲੋ ਤੇਗ ਬਹਾਦਰ ਸਿਮਰਿਆ ਘਰ ਅਤੇ ਸਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣ ਜਾਂਦੀ ਹੈ ਵੀ ਹੁਣ ਮੇਰੇ ਘਰ 'ਚ ਕੋਠੀਆਂ ਕਾਰਾਂ ਅਤੇ ਪਤਾ ਨਹੀਂ ਕੀ ਆ ਜਾਣੇ ਨੌਨਿਧ ਕੀ ਆ ਬੋਲੋ ਵਾਹਿਗੁਰੂ ਵਟ ਇਜ਼ ਨੌਨਿਧ ਐਨੀਬਡੀ ਵਾਹਿਗੁਰੂ ਨੌਨਿਧ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਜੇ ਤੁਸੀਂ ਕਹੋਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤਾਂ ਤੁਹਾਡੇ ਅੰਦਰ ਨਾਮ ਆ ਜਾਏਗਾ ਵਾਹਿਗੁਰੂ ਜੀ ਦਾ ਨਾਮ ਆ ਜਾਏਗਾ ਅਤੇ ਇਹ ਇਟਸ ਡਿਫਰੈਂਟ ਵੇ ਵੀ ਜਦੋਂ ਵਾਹਿਗੁਰੂ ਦਾ ਨਾਮ ਆ ਗਿਆ ਤਾਂ ਸੰਸਾਰ ਦੀਆਂ ਚੀਜ਼ਾਂ ਆਪੇ ਹੀ ਆ ਜਾਣੀਆਂ ਨੇ ਪਿੱਛੇ ਵਾਹਿਗੁਰੂ ਤਾਂ ਨੌਨਿਧ ਕੀ ਹੈ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਵਾਹਿਗੁਰੂ ਜੀ ਦਾ ਨਾਮ ਹੀ ਨੌਨਿਧ ਹੈ ਵਾਹਿਗੁਰੂ ਅਤੇ ਜਿਹੜੇ ਇਹਨੂੰ ਜਪਦੇ ਨੇ ਉਹਨਾਂ ਨੂੰ ਕਦੇ ਕਦੇ ਵੀ ਉਹਨਾਂ ਨੂੰ ਘਾਟਾ ਨਹੀਂ ਪੈਂਦਾ ਵਾਹਿਗੁਰੂ 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 ਤੋਂ ਅੱਜ ਸਾਨੂੰ ਗੁਰੂ ਜੀ ਨੇ ਜਾਚ ਦੱਸੀ ਮੰਗਣ ਦੀ ਗੁਰੂ ਜੀ ਹੈਸ ਟੋਟ ਅਸ ਦਾ ਵੇ ਟੂ ਡਿਮਾਂਡ ਕੀ ਮੰਗਣਾ ਗੁਰੂ ਕੋਲੋਂ ਆ ਕੇ ਕੀ ਮੰਗਣਾ ਗੁਰੂ ਕੋਲੋਂ ਆ ਕੇ ਨਾਮ ਵਾਹਿਗੁਰੂ 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 ਤੁਸੀਂ ਕਈਆਂ ਨੂੰ ਸੁਣਿਆ ਨਾ ਕਈਆਂ ਕੋਲ ਸੁਣਿਆ ਮਨ ਸਾਫ਼ ਹੋਣਾ ਚਾਹੀਦਾ ਹੈ ਨਾ ਰਹਿਤ ਰੱਖਣ 'ਚ ਕੀ ਪਿਆ ਹੈ ਅੰਮ੍ਰਿਤ ਛੱਕਣ 'ਚ ਕੀ ਪਿਆ ਬਹੁਤ ਸਾਰੇ ਲੋਕ ਆਖਦੇ ਨਾ ਇਨ ਅਦਰ ਵਰਡਸ ਦੇ ਸੇ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਸਾਨੂੰ ਪਤਾ ਨਹੀਂ ਲੱਗਦਾ ਉਹ ਕਹਿਣਾ ਕੀ ਚਾਹੁੰਦੇ ਨੇ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੀ ਨਹੀਂ ਜੇ ਰਹਿਤ ਦੀ ਲੋੜ ਨਹੀਂ ਅੰਮ੍ਰਿਤ ਦੀ ਲੋੜ ਨਹੀਂ ਨਾਮ ਦੀ ਲੋੜ ਨਹੀਂ ਜਪਣ ਦੀ ਲੋੜ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਤਾਂ ਬੰਦਾ ਇਹ ਕਹਿ ਰਿਹਾ ਹੁੰਦਾ ਨਾ ਵੀ ਕੋਈ ਨਹੀਂ ਜੀ ਦਿਲ ਸਾਫ਼ ਹੋਣਾ ਚਾਹੀਦਾ ਹੈ ਨਾ ਵੀ ਇਹਦੀ ਕੀ ਲੋੜ ਹੈ ਰਹਿਤ ਦੀ ਕੀ ਲੋੜ ਹੈ ਅੰਮ੍ਰਿਤ ਦੀ ਕੀ ਲੋੜ ਹੈ ਨਾਮ ਦੀ ਕੀ ਲੋੜ ਹੈ ਉਹ ਤੁਹਾਡੀਆਂ ਜੜ੍ਹਾਂ ਵੱਢ ਰਿਹਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਲੋੜ ਧਰਮ ਦੀ ਨਹੀਂ ਲੋੜ ਦਿਸ ਨੋ ਨੀਡ ਆਫ ਰਿਲੀਜਨ ਦਿਸ ਨੋ ਨੀਡ ਆਫ ਸੱਚ ਅਤੇ ਨੋ ਨੀਡ ਆਫ ਅੰਮ੍ਰਿਤ ਨੋ ਨੀਡ ਆਫ ਬਸ ਮਨ ਸਾਫ਼ ਹੋਣਾ ਚਾਹੀਦਾ ਕਿਹਦੇ ਨਾਲ ਮਨ ਸਾਫ਼ ਹੋ ਜਾਏਗਾ ਲੋ ਵਾਹਿਗੁਰੂ ਵਾਹਿਗੁਰੂ ਸੋ ਵੀ ਹੈਵ ਟੂ ਡਿਸਕਸ ਮਨਮੁੱਖ ਅਤੇ ਗੁਰਮੁਖ ਇਹਦੇ ਵਿੱਚ ਲਾਇਆ ਨਹੀਂ ਫਿਰ ਇੱਕ ਇੱਕ ਪੰਕਤੀ ਆ ਇੱਥੇ ਥੋੜ੍ਹਾ ਹੋਣਾ ਫਿਰ ਇੱਕ ਪੰਕਤੀ ਹੋਣੀ ਠੀਕ ਹੈ ਫਿਰ ਇੱਕ ਇੱਕ ਦੋ ਪੰਕਤੀਆਂ ਹੋਣੀਆਂ ਵਾਹਿਗੁਰੂ 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 ਕੱਲ੍ਹ ਪੁੱਛਦੇ ਨਾ ਮਨਮੁੱਖ ਕੌਣ ਹੈ ਤਾਂ ਗੁਰੂ ਸਾਹਿਬ ਨੂੰ ਪੁੱਛਦੇ ਆਪਾਂ ਕੌਣ ਹੈ ਮਨਮੁੱਖ ਅਤੇ ਕੌਣ ਹੈ ਗੁਰਮੁਖ ਗੁਰਬਾਣੀ ਵਿੱਚੋਂ ਲੱਭਦੇ ਹਾਂ ਆਪਾਂ ਉੱਤਰੇ ਦਾ ਹੈ ਨਾ ਬੰਦਾ ਦੇਗਾ ਤਾਂ ਉੱਤਰ ਗਲਤ ਹੋਏਗਾ ਕੋਈ ਵੀ ਆਦਮੀ ਹੈ ਤਾਂ ਪਰਸਨ ਹੀ ਵਿਲ ਐਕਸਪਲੇਨ ਮਨਮੁੱਖ ਦੈਟ ਵਿਲ ਬੀ ਰੋਂਗ ਬਟ ਵਟ ਗੁਰੂ ਵਿਲ ਐਕਸਪਲੇਨ ਦੈਟ ਵਿਲ ਬੀ ਰਾਈਟ ਤਾਂ ਉਹੀ ਠੀਕ ਹੋਏਗਾ ਜਿਹਦੇ ਮਨਮੁੱਖ ਅਤੇ ਗੁਰਮੁਖ ਮਨਮੁੱਖ ਹੈ ਗੁਰਮੁਖ ਮਨਮੁੱਖ ਕੌਣ ਹੈ ਮਨਮੁੱਖ ਅਭਿਮਾਨ ਰਾਹੀਂ ਵਿਦ ਪ੍ਰਾਈਡ ਜਿਹੜਾ ਆਪਣੇ ਆਪ 'ਚ ਹੋਮੇ 'ਚ ਹੈ ਆਪਣੇ ਔਗਣ ਢੱਕਣ ਵਿੱਚ ਲੱਗਾ ਰਹਿੰਦਾ ਹੀ ਆਲਵੇਸ ਆਪਣੀ ਔਗਣ ਮੈਨੇ ਵਾਇਸਿਸ ਉਹਨਾਂ 'ਤੇ ਪਰਦਾ ਪਾਉਂਦਾ ਰਹਿੰਦਾ ਹੀ ਕਵਰ ਸਿਸ ਵਾਇਸਿਸ ਬੈਡ ਕੁਆਲਿਟੀਜ਼ ਉਹਨਾਂ ਨੂੰ ਕਵਰ ਕਰਨ 'ਚ ਲੱਗਾ ਰਹਿੰਦਾ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਬਾਹਰੋਂ ਬਾਹਰੋਂ ਉਹ ਤਾਂ ਮੇਰੇ ਵਕਰਾਂ ਬੜਾ ਤਿਆਰ ਹੋ ਕੇ ਰਹੇਗਾ ਬਟ ਅੰਦਰੋਂ ਜਿਹੜੀਆਂ ਉਹਦੇ 'ਚ ਵਾਇਸਿਸ ਹੈਗੀਆਂ ਨੇ ਬੈਡ ਹੈਬਿਟਸ ਹੈਗੀਆਂ ਨੇ ਹੀ ਟਰਾਈ ਟੂ ਕਵਰਸ ਦੈਮ
ਤੇ ਗੁਰਮੁਖ ਜਿਹੜਾ ਹੁੰਦਾ ਉਸ ਗੁਰਮੁਖ ਉਹ ਨਿਮਰਤਾ 'ਚ ਰਹਿੰਦਾ ਹੀ ਲਿਵਸ ਇਨ ਹਿਊਮਿਲਟੀ ਵਾਹਿਗੁਰੂ ਵਾਹਿਗੁਰੂ ਤਾਂ ਉਹ ਹਿਊਮਿਲਟੀ 'ਚ ਰਹਿੰਦਿਆਂ ਵੀ ਲੋਕਾਂ ਨੂੰ ਗੁਣਵਾਨ ਦਿਸਦਾ ਕਿਉਂਕਿ ਗੁਣ ਤਾਂ ਆਪੇ ਹੀ ਪਤਾ ਲੱਗ ਜਾਣੇ ਨੇ ਹੈ ਨਾ ਜੇ ਤੁਹਾਡੇ ਕੋਲ ਗੁਣ ਹੋਣਗੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੀਪਲ ਵਿਲ ਰਿਕੋਗਨਾਈਜ਼ ਯੂ ਤੁਹਾਡੀਆਂ ਕੁਆਲਿਟੀਜ਼ ਨੂੰ ਆਪਣੇ ਆਪ ਰੈਕੋਗਨਾਈਜ਼ ਕਰ ਲੈਣਗੇ ਪੀਪਲ ਰੈਕੋਗਨਾਈਜ਼ ਯੂਅਰ ਕੁਆਲਿਟੀਜ਼ ਇਫ ਦੇ ਆਰ ਇਨ ਯੂ ਜੇ ਸਾਡੇ 'ਚੋਂ ਨਹੀਂ ਹੈਗੀਆਂ ਫਿਰ ਅਸੀਂ ਮਨਮੁੱਖ ਹਾਂ ਅਤੇ ਅਸੀਂ ਆਪਣੇ ਔਗਣ ਹੀ ਢੱਕਣ 'ਚ ਲੱਗੇ ਹੋਏ ਹਾਂ ਵੀ ਆਲਵੇਜ਼ ਕਵਰਿੰਗ ਅਵਰ ਬੈਡ ਹੈਬਿਟਸ ਕਵਰਿੰਗ ਅਵਰ ਵਾਇਸਸ ਤਾਂ ਮਨਮੁੱਖ ਕਿਹਨੂੰ ਕਹਿੰਦੇ ਨੇ ਮਨ ਨੂੰ ਮੁੱਖ ਸਮਝਿਆ ਜਿਹਨੇ ਆਪਣੇ ਮਾਇੰਡ ਨੂੰ ਥੋੜ੍ਹਾ ਥੋੜ੍ਹਾ ਨਾਲ ਬੋਲਦੇ ਆਪਣੇ ਮਨ ਵਨ ਹੂ ਇਸ ਫੇਸਿੰਗ ਹਿਸ ਮਾਈਂਡ ਹਾਂ ਇਸ ਸੈਲਫ ਸੈਂਟਰਡ ਹਾਂ ਇਨ ਅਦਰ ਵਰਡਸ ਉਹਦਾ ਜਿਹੜਾ ਮਨ ਆ ਨਾ ਉਹ ਆਪਣੇ ਵੱਲ ਹੀ ਹੈ ਅੰਦਰ ਵੱਲ ਹੀ ਹੈ ਬਾਹਰ ਗੁਰੂ ਵੱਲ ਨਹੀਂ ਹੈਗਾ ਆਪਣੇ ਮੂੰਹ ਵੱਲ ਹੀ ਹੈ ਆਪਣੇ ਵਾਸਤੇ ਹੀ ਆ ਉਹ ਦੂਸਰੇ ਦਾ ਭਲਾ ਨਹੀਂ ਕਰਦਾ ਯੂ ਡੋਂਟ ਵਾਂਟ ਟੂ ਹੈਲਪ ਅਦਰਸ ਤੂੰ ਕਹਿੰਦਾ ਮੇਰੇ ਕੋਲ ਹੀ ਆ ਜਾ ਸਾਰਾ ਕੁਛ ਉਹਦਾ ਮੂੰਹ ਆਪਣੇ ਮਨ ਵੱਲ ਹੈ ਗੁਰਮੁਖ ਉਹ ਹੁੰਦਾ ਜਿਸ ਦਾ ਮੂੰਹ ਗੁਰੂ ਵੱਲ ਹੈ ਵਟ ਡੂ ਯੂ ਮੀਨ ਬਾਈ ਗੁਰੂ ਵੱਲ ਮੂੰਹ ਤਾਂ ਅਸੀਂ ਹੁਣ ਗੁਰੂ ਵੱਲ ਕਰਕੇ ਬੈਠੇ ਹਾਂ ਵੀ ਬਿਕਮ ਗੁਰਮੁਖ ਵਟ ਇਜ਼ ਦਾ ਮੀਨਿੰਗ ਆਫ ਗੁਰਮੁਖ ਗੁਰੂ ਵੱਲ ਮੂੰਹ ਬੋਲੋ ਵਾਹਿਗੁਰੂ ਇਹਦਾ ਕੀ ਮਤਲਬ ਬਣਿਆ ਹੂ ਫੋਲੋਜ਼ ਦਾ ਗੁਰੂ ਹੂ ਫੋਲੋ ਹੁਕਮ ਮੰਨਣਾ ਜਿਹੜਾ ਗੁਰੂ ਦਾ ਹੁਕਮ ਵਾਹਿਗੁਰੂ ਜਿਹੜਾ ਗੁਰੂ ਦੇ ਹਰ ਹੁਕਮ ਨੂੰ ਮੰਨਦਾ ਐਵਰੀ ਹੁਕਮ ਉਹ ਨਹੀਂ ਕਹਿੰਦਾ ਮਨ ਸਾਫ਼ ਹੋਣਾ ਚਾਹੀਦਾ ਉਹਨੂੰ ਕਿਹਾ ਅੰਮ੍ਰਿਤ ਛਕ ਲੈ ਕਹਿੰਦਾ ਜੀ ਸਤਿ ਪਾਜ ਉਹਨੂੰ ਕਿਹਾ ਅੰਮ੍ਰਿਤ ਵੇਲੇ ਉੱਠਣਾ ਕਹਿੰਦਾ ਜੀ ਸਤਿ ਪਾਜ ਉਹਨੂੰ ਕਿਹਾ ਦਸਵੰਧ ਕੱਢਣਾ ਕਹਿੰਦਾ ਜੀ ਸਤਿ ਪਾਜ ਉਹ ਇਹ ਨਹੀਂ ਕਹਿੰਦਾ ਕਿਉਂ ਕੱਢਣਾ ਜੀ ਬੋਲੋ ਵਾਹਿਗੁਰੂ ਉਹ ਇਹ ਨਹੀਂ ਪੁੱਛਦਾ ਅੰਮ੍ਰਿਤ ਵੇਲੇ ਕਿਉਂ ਉੱਠਣਾ ਜੀ ਉਹ ਕਹਿੰਦਾ ਗੁਰੂ ਦਾ ਹੁਕਮ ਹੈ ਬਸ ਦੈਟਸ ਗੁਰੂ ਹੁਕਮ ਕੇਸ ਰੱਖਣੇ ਨੇ ਦੈਟਸ ਗੁਰੂ ਹੁਕਮ ਕਿਉਂ ਰੱਖਣੇ ਨੇ ਨੋ ਦੇਰ ਇਜ਼ ਨੋ ਵਾਈ ਗੁਰਮੁਖ ਹੀ ਵਿਲ ਨੋ ਸੇ ਵਾਈ ਵਾਈ ਗੁਰੂ ਜੀ ਵਾਈ ਕੇਸ ਮਨਮੁੱਖ ਕਹੇਗਾ ਕਿਉਂ ਰੱਖਣੇ ਨੇ ਕੀ ਲੋੜ ਹੈ ਇਹਨਾਂ ਦੀ ਗੁਰੂ ਗੁਰਮੁਖ ਕਹੇਗਾ ਨੋ ਉਹ ਨਹੀਂ ਕਹੇਗਾ ਉਹ ਕਹੇਗਾ ਯੈਸ ਵਾਹਿਗੁਰੂ ਤੁਸੀਂ ਹੁਕਮ ਕੀਤਾ ਗੁੱਡ ਮੇਰੇ ਵਾਸਤੇ ਠੀਕ ਹੈ ਵਾਹਿਗੁਰੂ 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 ਤਾਂ ਉਹ ਪੁਰਖ ਜਿਸ ਦਾ ਮੁੱਖ ਗੁਰੂ ਵੱਲ ਹੈ ਹੂ ਫੋਲੋਜ਼ ਗੁਰੂ ਹੂ ਫੋਲੋਜ਼ ਗੁਰੂ ਟੀਚਿੰਗਸ ਹੀ ਇਸ ਗੁਰਮੁੱਖ ਉਹ ਕੋਈ ਵੀ ਹੋ ਸਕਦਾ ਬੋਲੋ ਵਾਹਿਗੁਰੂ ਮੈਂ ਤੁਸੀਂ ਐਨੀਬਡੀ ਕੈਨ ਬੀ ਬੋਲੋ ਵਾਹਿਗੁਰੂ ਵਾਹਿਗੁਰੂ ਜਿਸ ਦਾ ਮੁੱਖ ਗੁਰੂ ਵੱਲ ਹੈ ਉਸਨੂੰ ਸ਼ਬਦ ਦੀ ਸੋਝੀ ਪੈਂਦੀ ਹੈ ਜਿਹੜਾ ਗੁਰਮੁਖ ਹੈ ਉਹਨੂੰ ਕੀ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਨਾਮ ਹੈਗਾ ਸ਼ਬਦ ਹੈਗਾ ਬੋਲੋ ਵਾਹਿਗੁਰੂ ਉਹਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਜਿਹੜਾ ਮਨਮੁੱਖ ਹੈ ਉਹ ਕਹਿੰਦਾ ਨਾਮ ਹੈਗਾ ਹੀ ਨਹੀਂ ਦੇਰ ਇਜ਼ ਨੋ ਨਾਮ ਦੇਰ ਆਰ ਸੋ ਮੈਨੀ ਪੀਪਲ ਹੂ ਸੇਜ਼ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ ਉਹ ਮਨਮੁੱਖ ਨੇ ਬੋਲੋ ਵਾਹਿਗੁਰੂ ਵਾਹਿਗੁਰੂ ਗੁਰਮੁਖ ਨੂੰ ਸੋਝੀ ਪੈਂਦੀ ਹੈ ਨਾਮ ਦੀ ਸ਼ਬਦ ਦੀ ਬੋਲੋ ਵਾਹਿਗੁਰੂ 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 ਗੁਰੂ ਜੀ ਸੇਸ ਸ਼ਬਦੇ ਕਾ ਨਵੇਰਾ ਸੁਣ ਤੂੰ ਔਦੂ ਬਿਨ ਨਾਵੈ ਜੋਗ ਨਾ ਹੋਈ ਵਿਦਆਊਟ ਨਾਮ ਦਿਸ ਨੋ ਭਗਤੀ ਵਿਦਆਊਟ ਜਪ ਨਾਮ ਕੋਈ ਭਗਤੀ ਨਹੀਂ ਹੈਗੀ ਬੋਲੋ ਵਾਹਿਗੁਰੂ 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 ਲਿਖਿਆ ਸੋ ਮਨਮੁੱਖ ਜੋ ਸ਼ਬਦ ਨਾ ਪਛਾਣੇ ਵਟ ਇਜ਼ ਦਾ ਡੈਫੀਨੇਸ਼ਨ ਆਫ ਮਨਮੁੱਖ ਜੋ ਸ਼ਬਦ ਨਾ ਪਛਾਣੇ ਗੁਰ ਕੈ ਭੈ ਕੀ ਗੁਰ ਕੈ ਭੈ ਕੀ ਇਹਦਾ ਕੀ ਮਤਲਬ ਹੈ ਵਾਹਿਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਦਾ ਹੀ ਨਹੀਂ ਗੁਰਦੁਆਰੇ ਹੀ ਨਹੀਂ ਆਉਂਦਾ ਕਹਿੰਦਾ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ ਵਾਹਿਗੁਰੂ ਵਾਹਿਗੁਰੂ ਉਹ ਸ਼ਬਦ ਨੂੰ ਡੋਂਟ ਰਿਕੋਗਨਾਈਜ਼ ਸ਼ਬਦ ਉਹ ਸ਼ਬਦ ਨੂੰ ਨਹੀਂ ਪਛਾਣਦਾ ਉਹ ਸ਼ਬਦ ਦੇ ਰੰਗ ਨਹੀਂ ਮਾਣਦਾ ਆਪਣੇ ਅੰਦਰ ਬੋਲੋ ਵਾਹਿਗੁਰੂ ਗੁਰ ਕੇ ਭੈ ਕੀ ਸਾਰ ਨਾ ਜਾਣੇ ਉਹ ਗੁਰੂ ਦੀ ਦੱਸੀ ਹੋਈ ਰਹਿਤ ਨੂੰ ਟਿੱਚ ਸਮਝਦਾ ਇਹਦੀ ਨਹੀਂ ਲੋੜ ਹੈਗੀ ਬੋਲੋ ਵਾਹਿਗੁਰੂ ਭੈ ਦਾ ਮਤਲਬ ਹੈ ਨਿਯਮ ਡਰ ਰਹਿਤ ਨਿਯਮ ਗੁਰੂ ਨੇ ਕਿਹਾ ਚਾਰ ਵਜਰ ਕਹਿਤਾ ਨਹੀਂ ਕਰਨੀਆਂ ਦਿਸ ਇਜ਼ ਭੈ
If there's no path, Guru's law. Guru's law. Guru's law. Jo pae vich pavanas dwao pae chale lak jao. It means they are in maryada. Je suraj maryada ch na rahe, thoda ja idhar udhar ho jaye, tarti ud jayegi. Maryada vich chal rahe. The same way Sikh's jeevan is in maryada. If this is not in maryada, he will be manmukh. Je assi char braj kratan ch koi kar liye ki ban jange? Manmukh. Maryada tod ditti ki ho jayega? Bande ta ravange, disange te sahi lokan. But we become bemukh. Guru Vaheguru. And Guru say, jeko gurte bemukh hova hai bin satgur. Niyam tu bar chale gaye. To jada manmukh hai, wo shabd nahi pehchanda, and he is not in Guru's path, Guru's maryada. ਉਹ ਗੁਰੂ ਦੇ ਰੂਲਸ ਨੂੰ ਫਾਲੋ ਨਹੀਂ ਕਰਦਾ ਵਾਹਿਗੁਰੂ 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 ਜੇ ਗੁਰੂ ਦੇ ਭੈ ਚ ਰਵਾਂਗੇ ਜੇ ਸਾਨੂੰ ਡਰ ਹੋਵੇਗਾ ਤਾਂ ਹੀ ਭਗਤੀ ਕਰਾਂਗੇ ਨਾ ਜੇ ਸਾਨੂੰ ਡਰ ਹੀ ਨਹੀਂ ਵਾਹਿਗੁਰੂ ਅਸੀਂ ਡਰ ਚ ਨਹੀਂ ਰਹੇ ਤਾਂ ਹੀ ਵਾਰ ਵਾਰ ਸਾਨੂੰ ਉਹੀ ਗੱਲਾਂ ਰਿਪੀਟ ਕਰਨੀਆਂ ਪੈਂਦੀਆਂ ਨੇ ਵਾਹਿਗੁਰੂ ਵਾਹਿਗੁਰੂ ਕੇਸ ਕਿਉਂ ਸਿੱਖ ਕੇਸ ਕਤਲ ਕਿਉਂ ਕਰਾ ਰਹੇ ਨੇ ਗੁਰੂ ਦੇ ਭੈ ਚ ਨਹੀਂ ਗੁਰੂ ਦਾ ਡਰ ਹੀ ਨਹੀਂ ਹੈਗਾ ਰੱਬ ਦਾ ਡਰ ਹੀ ਨਹੀਂ ਹੈਗਾ ਬੋਲੋ ਵਾਹਿਗੁਰੂ 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 ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਡਰ ਹੋਏ ਉਹ ਕੇਸ ਕਟਾਏਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਡਰ ਹੋਏ ਸ਼ਰਾਬ ਪੀਏਗਾ ਉਹ ਜੂਆ ਖੇਲੇਗਾ ਉਹ ਝੂਠ ਬੋਲੇਗਾ ਕਿਉਂਕਿ ਗੁਰੂ ਦੇ ਪੈ ਚ ਹੈ ਗੁਰੂ ਦੇ ਨਿਯਮ ਵਿੱਚ ਹੈ ਬੋਲੋ ਵਾਹਿਗੁਰੂ 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 ਸੋ ਚੇਤਾ ਰੱਖ ਲਓ ਸੋ ਮਨਮੁੱਖ ਜੋ ਸ਼ਬਦ ਨਾ ਪਛਾਣੈ ਗੁਰ ਕੇ ਪੈ ਕੀ ਹਮੇਸ਼ਾ ਆਪਣੇ ਅੱਗੇ ਰੱਖੋਗੇ ਬੱਚੇ ਰਹੋਗੇ ਪਤਾ ਲੱਗ ਜਾਏਗਾ ਮੈਂ ਗੁਰੂ ਦੇ ਭੈ 'ਚ ਹਾਂ ਆਹ ਕੰਮ ਮੈਂ ਕਰਨ ਲੱਗਿਆ ਹਾਂ ਇਹ ਗੁਰੂ ਨੂੰ ਪਸੰਦ ਹੈ ਵਿਲ ਗੁਰੂ ਲਾਈਕ ਇਟ ਔਰ ਨੋਟ ਫਿਰ ਤੁਸੀਂ ਨਹੀਂ ਕਰੋਗੇ ਜੇ ਗੁਰੂ ਜੀ ਲਾਈਕ ਨਹੀਂ ਕਰਦੇ ਵੇਅਰ ਐਵਰ ਗੁਰੂ ਕੈਨ ਗੋ ਵੀ ਕਾਂਟ ਗੋ ਵਾਟ ਐਵਰ ਗੁਰੂ ਡਸਨ ਡੂ ਵੀ ਕਾਂਟ ਡੂ ਜੋ ਗੁਰੂ ਨਹੀਂ ਕਰ ਸਕਦੇ ਉਹ ਸਿੱਖ ਵੀ ਨਹੀਂ ਕਰ ਸਕਦਾ ਠੀਕ ਹੈ ਜੀ ਬੋਲੋ ਵਾਹਿਗੁਰੂ ਜੇ ਆਹ ਪੰਕਤੀ ਤੁਹਾਨੂੰ ਯਾਦ ਰਵੇ ਤੁਹਾਡੇ ਸਾਹਮਣੇ ਹੋਵੇ ਫਿਰ ਮੈਂ ਦੁਹਰਾ ਦਿੰਦਾ ਤੁਸੀਂ ਵੀ ਪੜ੍ਹ ਲਓ ਸੋ ਮਨਮੁੱਖ ਉਹ ਮਨਮੁੱਖ ਹੈ ਆਪਣੇ ਮਨ ਦੇ ਮਗਰ ਚੱਲਣ ਵਾਲਾ ਹੈ ਸੇ ਮਨਮੁੱਖ ਸੇ ਹੋ ਗਿਆ ਬਹੁ ਵਚਨ ਸੋ ਹੁੰਦਾ ਇੱਕ ਵਾਸਤੇ ਹੋਣਾ ਸੀ ਬਹੁਤੇ ਉਹ ਮਨਮੁੱਖ ਨੇ ਜਿਹੜੇ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਗੁਰ ਕੇ ਭੈ ਕੀ ਸਾਰ ਨਹੀਂ ਜਾਣਦੇ ਬੋਲੋ ਵਾਹਿਗੁਰੂ ਨਿਯਮ ਵਿੱਚ ਨਹੀਂ ਆਉਂਦੇ ਅੰਮ੍ਰਿਤ ਨਹੀਂ ਛਕਦੇ ਕਹਿੰਦੇ ਨਹੀਂ ਛਕਣਾ 95% ਸਿੱਖ ਅੰਮ੍ਰਿਤ ਹੀ ਨਹੀਂ ਛਕਦੇ ਪਏ ਕਹਿੰਦੇ ਲੋੜ ਹੀ ਨਹੀਂ ਤਾਂ ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਵੀ ਆਏ ਵਾਹਿਗੁਰੂ ਵਾਹਿਗੁਰੂ ਸਾਡੇ ਕੋਲ ਨਾ ਇਹਨਾਂ ਰਿਲੇਟਿਵਸ ਦੀ ਡੈਥ ਹੋ ਗਈ ਸੀ ਕਿਸੇ ਦੀ ਤਾਂ ਮੈਂ ਵੀ ਉੱਥੇ ਗਿਆ ਤਾਂ ਉੱਥੇ ਸਾਰੇ ਬੋਲਦੇ ਸੀ ਬੜੇ ਭਾਗਾਂ ਵਾਲਾ ਸੀ ਬੜਾ ਸੀ ਇਹ ਬੜਾ ਸੀਗਾ ਸਾਰਾ ਕੁਛ ਉਹਨਾਂ ਨੇ ਬੋਲਦੇ ਨੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਬੜਾ ਚੰਗਾ ਬੰਦਾ ਸੀ ਜੀ ਬੜਾ ਸੀ ਜੀ ਉਹ ਬਹੁਤ ਕੁਛ ਬੋਲਿਆ ਸਪੀਕ ਸੋ ਮਚ ਮੈਨੂੰ ਕਹਿੰਦੇ ਤੁਸੀਂ ਬੋਲੋ ਮੈਂ ਕਿਹਾ ਮੈਂ ਉੱਠਿਆ ਮੈਂ ਕਿਹਾ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਮੈਂ ਕਿਹਾ ਮੈਨੂੰ ਅਫਸੋਸ ਇਹਦੇ ਮਰ ਜਾਣ ਦਾ ਨਹੀਂ ਆਮ ਨੋਟ ਸੈਡ ਹੀ ਇਜ਼ ਡੈਡ ਇਸ ਕਰਕੇ ਮੈਂ ਨਹੀਂ ਮੈਂ ਇਸ ਕਰਕੇ ਸੈਡ ਹਾਂ ਵੀ ਇਹ ਗੁਰੂ ਦੇ ਹੁੰਦਿਆਂ ਨਿਗੁਰਾ ਮਰ ਗਿਆ ਗੁਰੂ ਇਜ਼ ਦੇਅਰ ਬਟ ਹੀ ਗੋਨ ਨਿਗੁਰਾ ਇਹਨੇ ਅੰਮ੍ਰਿਤ ਨਹੀਂ ਛਕਿਆ ਮੈਂ ਇਸ ਕਰਕੇ ਦੁਖੀ ਹਾਂ ਇਸ ਕਰਕੇ ਦੁਖੀ ਨਹੀਂ ਇਹ ਇਹ ਮਰ ਗਿਆ ਮਰ ਤਾਂ ਮੈਂ ਵੀ ਜਾਣਾ ਆਈ ਨੋ ਆਈ ਵਿਲ ਡਾਈ ਆਈ ਨੋ ਇਹਦੇ ਬੱਚਿਆਂ ਵੀ ਮਰ ਜਾਣਾ ਇਹਦਾ ਪਿਓ ਵੀ ਮਰ ਗਿਆ ਮਾਂ ਵੀ ਮਰ ਗਈ ਐਵਰੀਬਡੀ ਵਿਲ ਗੋ ਬਟ ਗੁਰੂ ਇਜ਼ ਦੇਅਰ ਐਂਡ ਹੀ ਹੈਜ਼ ਗੋਨ ਨਿਗੁਰਾ ਬੋਲੋ ਵਾਹਿਗੁਰੂ ਇਸ ਬਾਤ ਦਾ ਅਫਸੋਸ ਹੈ ਵੀ ਅਸੀਂ ਲੋਕਾਂ ਨੂੰ ਤਾਂ ਕੀ ਗੁਰੂ ਵਾਲੇ ਬਣਾਉਣਾ ਸੀ ਸਾਡੀ ਸਾਰੀ ਕੌਮ ਨਿਗੁਰੇ ਹੀ ਮਰੀ ਜਾਂਦੀ ਦੇ ਆਰ ਗੋਇੰਗ ਨਿਗੁਰੇ ਬੋਲੋ ਵਾਹਿਗੁਰੂ ਵਾਹਿਗੁਰੂ ਫਿਰ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਤੇ ਮੈਂ ਕਿਹਾ ਇੱਦਾਂ ਪੜ੍ਹੋ ਮਨਮੁੱਖ ਜਨਮ ਵਿਗਾੜ ਨਰਕਾਂ ਨੂੰ ਚੱਲਿਆ ਇੱਦਾਂ ਨਾ ਪੜ੍ਹੋ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਹੀ ਵਾਜ਼ ਨੋਟ ਗੁਰਮੁਖ ਹੀ ਵਾਜ਼ ਮਨਮੁੱਖ ਐਂਡ ਹੀ ਕੈਨ ਗੋ ਟੂ ਦਰਗਾਹ ਹੀ ਇਜ਼ ਗੋਇੰਗ ਟੂ ਦ ਨਰਕ ਵਾਹਿਗੁਰੂ 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 ਗੁਰਮੁਖ ਨਾਮ ਰਸੀਆ ਹੁੰਦਾ ਹੈ ਤੇ ਪੜ੍ਹ ਦੇਵੇ ਨਾ ਗੁਰਮੁਖ ਨਾਮ ਰਸੀਆ ਨਾਮ ਦਾ ਰਸ ਲੈਂਦਾ ਜਪ ਜਪ ਕੇ ਵਾਹਿਗੁਰੂ 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 ਤੇ ਮਨਮੁੱਖ ਅੱਠੇ ਪੈਰ ਮਾਇਆ ਵਿੱਚ ਫਸਿਆ ਰਹਿੰਦਾ ਉਹਦੇ ਵਿਚਾਰਾਂ ਵਿੱਚ ਕੀ ਚੱਲਦਾ ਰਹਿੰਦਾ ਥੋਟਸ ਵਟ ਇਜ਼ ਇਨ ਥੋਟਸ ਮਾਇਆ ਹੋਰ ਇਕੱਠੀ ਕਰ ਲਈ ਰਿਦ ਅੰਤਰ
Maya, Maya. And in Gurmukh's mind, this Vaheguru, 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 Vaheguru. In Manmukh's mind, Maya, dukaan te jaana hai, hatti te jaana hai, utthe jaana hai, utthe jaana hai, all the day, all the night. Lo Vaheguru. Man kar hala vichariya. Manmukh kar hala vichariya. Manmukh fathya mahajal. Manmukh fathya mahajal. Maya de mahajal vich fasya hoya hai manmukh. The web of Maya. Huh? The jar web. It means the web of Maya. Maya means materialism. Materialism is pasya din raat. So here you go to the Ugvaidins al jal sumali. Then Ugvaidins means the sun rises. And he. Oh, Udham karna? He make efforts to collect Maya. Ugvaidins al jal sumali. Bik Maya ke. ਵਿਸਥਾਰੇ ਵਿਸਥਾਰ ਕਰ ਲਵਾਂ ਹੋਰ ਕਰ ਲਵਾਂ ਹੋਰ ਕਰ ਲਵਾਂ ਇੱਕ ਦੁਕਾਨ ਹੈਗੀ ਦੂਜੀ ਪਾ ਲਵਾਂ ਦੋ ਹੈਗੀ ਤੀਜੀ ਪਾ ਲਵਾਂ ਇੱਕ ਕੋਠੀ ਹੈਗੀ ਦੂਜੀ ਲੈ ਲਵਾਂ ਇੱਕ ਕਾਰ ਹੈਗੀ ਵੱਡੀ ਲੈ ਲਵਾਂ ਉਗਵੇ ਦਿਨ ਸਾਲ ਜਾਲ ਸੰਭਾਲੇ ਬਿਖ ਮਾਇਆ ਕੇ ਵਿਸਥਾਰੇ ਆਈ ਰੈਨ ਪਿਆ ਸੁਪਨੰਤਰ ਵੈਨ ਦ ਨਾਈਟ ਕਮਸ ਹੀ ਗੋ ਟੂ ਦ ਡ੍ਰੀਮਸ ਬਿਖ ਸੁਪਨੇ ਵੀ ਦੁੱਖ ਸਾਰੇ ਐਂਡ ਵਟ ਐਵਰ ਹੀ ਹੈਜ਼ ਡਨ ਇਨ ਦ ਡੇ ਹੀ ਇਜ਼ ਡੂਇੰਗ ਇਨ ਦ ਨਾਈਟ ਇਨ ਹਿਸ ਡ੍ਰੀਮਸ ਕੱਲਰ ਖੇਤ ਲੈ ਕੂੜ ਜਮਾਇਆ ਸਭ ਕੂੜੇ ਕੇ ਖਲਵਾੜ ਸੋ ਦਿਸ ਵਾਜ ਬਿਊਟੀਫੁਲ ਫੀਲਡ ਇੱਥੇ ਬੀਜਣਾ ਕੀ ਸੀ ਸੱਚ ਵਾਹਿਗੁਰੂ ਵਾਹਿਗੁਰੂ ਇੱਥੇ ਬੀਜਿਆ ਕੀ ਝੂਠ ਅਤੇ ਇਕੱਠਾ ਫਿਰ ਕੀ ਕੀਤਾ ਵਟਕਮੂਲੇਟਸ ਝੂਠ ਝੂਠੇ ਕੂੜੇ ਕੇ ਖਲਵਾੜ ਸਾਕਤ ਨਰ ਸਭ ਭੁੱਖ ਭੁਖਾਨੇ ਫਿਰ ਵੀ ਭੁੱਖਾ ਰਹਿ ਗਿਆ ਬੋਲੋ ਵਾਹਿਗੁਰੂ ਵਾਹਿਗੁਰੂ ਕੋਈ 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 ਰੱਜਿਆ ਵੇਖਿਆ ਤੁਸੀਂ in the world have you seen a person jada ke bas hor ni mainu chahida hun there are millions billions they want more 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 saas khatte lakh kosh taave tript na aave maya bhache paave billions hai gane the par oh bhi they loot people bolo vaheguru 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 man kar hala vichariya ਮਨਮੁਖ ਫਾਥਿਆ ਮਹਾਜਾਲ ਫਸਿਆ ਇੰਟੈਂਗਲਡ ਇਨ ਮਾਇਆ ਉਹਦੇ ਵਿਚਾਰਾਂ ਵਿੱਚ ਮਾਇਆ ਉਹਦੇ ਕਾਰ ਵਿਹਾਰ ਚ ਮਾਇਆ ਉਹਦੇ ਜੀਵਨ ਵਿੱਚ ਮਾਇਆ ਬਸ ਮਾਇਆ ਮਾਇਆ ਝੂਠ 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 ਤੇ ਗੁਰਮੁਖ ਪ੍ਰਾਣੀ ਮੁਕਤ ਹੈ ਗੁਰਮੁਖ ਪ੍ਰਾਣੀ ਮੁਕਤ ਹੈ ਜਿਹੜਾ ਗੁਰਮੁਖ ਹੈ ਉਹ ਜਿਉਂਦੇ ਜੀ ਮੁਕਤ ਹੋ ਗਿਆ ਮਾਇਆ ਦੇ ਬੰਧਨਾਂ ਤੋਂ ਛੁੱਟ ਗਿਆ He was saved by the Guru from Maya's bandhan. Lo Vaheguru. Vaheguru. Kime bacha? Har har naam samal. Har har naam samal. Gurmukh bach gaya jap jap ke Vaheguru. 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 Onu paame rukhi roti mili. Har rukhi roti khaye samale. ਉਹ ਖਾ ਲੈਂਦਾ ਸੁੱਕੀ ਮਿੱਸੀ ਬੋਲੋ ਵਾਹਿਗੁਰੂ ਸਿੰਪਲ ਭੋਜਨ ਸਿੰਪਲ ਫੂਡ ਹੀ ਇਟਸ ਸਿੰਪਲ ਫੂਡ ਪਰੰਤੂ ਜਪਦਾ ਵਾਹਿਗੁਰੂ ਦਾ ਨਾਮ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਹਾਲੇ ਹੀ ਸੀ ਵਾਹਿਗੁਰੂ ਵਿਦ ਇਨ ਹਿਮ ਐਂਡ ਇਨ ਆਲ ਦ ਨੇਚਰ ਸਾਰੇ ਪਾਸੇ ਉਹਨੂੰ ਵਾਹਿਗੁਰੂ ਦਿਸਦਾ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਜਿਹੜਾ ਖਾਏ ਖਾਏ ਕਰੇ ਬਦ ਫੈਲੀ ਖਾਈ ਜਾਂਦਾ ਖਾਈ ਜਾਂਦਾ ਤੇ ਵਿਕਾਰ ਕਰਦਾ ਉੱਠੇ ਕੰਮ ਕਰਦਾ ਜਾਨ ਵੀ ਸੁਖੀ ਆਪਣੇ ਦੁਆਲੇ ਜ਼ਹਿਰ ਬੀਜ ਰਿਹਾ ਹੀ ਸੋਇੰਗ ਪੋਇਜ਼ਨ ਅਰਾਊਂਡ ਹਿਮ ਬੋਲੋ ਵਾਹਿਗੁਰੂ ਤੇ ਪੋਇਜ਼ਨ ਖਾ ਕੇ ਮਰਾਂਗੇ ਕਿ ਜਿੰਦੇ ਰਹਾਂਗੇ ਮਰਾਂਗੇ ਬਾਣੀ ਕਹਿੰਦੀ ਹੈ ਗੱਲਾਂ ਉੱਪਰ ਤਪਾਸਨਾ ਵੀ ਵਿਸ ਖਾਧੀ ਤਤਕਾਲ ਮਰ ਜਾਏ ਵੀ ਗੱਲਾਂ ਨਾਲ ਰੱਬ ਦਾ ਨਾਂ ਨਹੀਂ ਜਪਿਆ ਜਾਣਾ ਜਪਣਾ ਪੈਣਾ ਚੌਂਕੜੀ ਮਾਰਨੀ ਪੈਣੀ ਬਾਣੀ ਪੜ੍ਹਨੀ ਪੈਣੀ ਗੱਲਾਂ ਨਾਲ ਕਰੀ ਜਾਓ ਰੱਬ 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 ਨਹੀਂ ਮਿਲਣਾ ਬੋਲੋ ਵਾਹਿਗੁਰੂ ਵਾਹਿਗੁਰੂ ਤੁਸੀਂ ਕਹੋ ਖੰਡ 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 ਬੋਲੋ ਖੰਡ 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 ਮੂੰਹ ਮਿੱਠਾ ਹੋ ਗਿਆ ਨਹੀਂ ਜੀ ਤਾਂ ਉੱਥੋਂ ਮੈਂ ਥੋੜ੍ਹੀ ਥੋੜ੍ਹੀ ਖੰਡ ਲਿਆ ਕੇ ਦਿਆਂ ਹੁਣੇ ਤੁਹਾਨੂੰ ਤਾਂ ਮਿੱਠਾ ਹੋ ਜਾਏਗਾ ਹੋ ਜਾਊਗਾ ਫਿਰ ਜਿਵੇਂ ਜਦ ਤੁਸੀਂ ਖੰਡ ਤੁਹਾਡੇ ਮੂੰਹ 'ਚ ਪਈ ਨਾ ਉਦੋਂ ਹੀ ਮਿੱਠਾ ਹੋਣਾ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਬੋਲਦੇ ਗਏ ਵਾਹਿਗੁਰੂ ਵਾਹਿਗੁਰੂ ਤੇ ਜਦੋਂ ਮਹਿਸੂਸ ਕੀਤਾ ਤੇ ਜਦੋਂ ਪੰਜਾਂ ਪਿਆਰਿਆਂ ਕੋਲ ਗਏ ਤੇ ਉਹਨਾਂ ਨੇ ਸਿਰ 'ਤੇ ਹੱਥ ਧਰਿਆ
ਤੇ ਉਹਨਾਂ ਨੇ ਜਦੋਂ ਨਾਮ ਗੁਰੂ ਨੇ ਦਿੱਤਾ ਫਿਰ ਇਹ ਖੰਡ ਖਾਧੀ ਜਾਣੀ ਬੋਲੋ ਵਾਹਿਗੁਰੂ ਵਾਹਿਗੁਰੂ ਤੁਸੀਂ ਕਹੋ ਅੱਗ 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 ਆਖੋ ਸੇਕ ਲੱਗ ਗਿਆ ਅੱਗ ਬਾਲਣੀ ਪੈਣੀ ਫਿਰ ਸੇਕ ਆਉਣਾ ਸਮਝ ਲੱਗੀ ਕੋਈ ਤਾਂ ਇਹ ਅੱਗ ਜਿਹੜੀ ਹੈ ਅੰਦਰ ਦੀ ਹੈ ਜਿਹੜੀ ਨਾਮ ਦੀ ਹੈ ਇਹ ਗੁਰੂ ਬਾਲਦਾ ਹੈ ਇਹਨੂੰ ਇੱਕ ਤਿਲੀ ਗੁਰੂ ਲਾਉਂਦਾ ਪਹਿਲਾਂ ਬੋਲੋ ਵਾਹਿਗੁਰੂ 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 ਫਿਰ ਦੀਵਾ ਬਲ ਪੈਂਦਾ ਫਿਰ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਪਾਪਾਂ ਮਤ ਖਾਏ ਪਾਠ ਤਾਂ ਕਰਨਾ ਸੀ ਪਾਪ ਵਾਲੀ ਮਤ ਦੂਰ ਹੋ ਜਾਏ ਹੋਰ ਪਾਠ ਨਹੀਂ ਸੀ ਉੱਦਾਂ ਨਹੀਂ ਵੀ ਮੈਂ ਪਾਠ ਕਰ ਲਿਆ ਮੈਂ ਪਾਠ ਕਰ ਲਿਆ ਮੈਂ ਆਸਾ ਦੀ ਵਾਰ ਕਰ ਲਈ ਹੈ ਨਹੀਂ ਆਸਾ ਦੀ ਵਾਰ ਕਰਨੀ ਨਹੀਂ ਆਏ ਪੈਸਾ ਫਿਰ ਕੀ ਕਰਨਾ ਆਸਾ ਦੀ ਵਾਰ ਮੰਨਣੀ ਹੈ ਕਰਦੇ ਤਾਂ ਸਾਰੇ ਹੀ ਪਏ ਨੇ ਮੰਨਦਾ ਕੌਣ ਪਿਆ ਹਲੋ ਵਾਹਿਗੁਰੂ 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 ਜਦੋਂ ਗੁਰੂ ਕਹਿੰਦੇ ਨਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਮਨ ਕਾ ਸੂਤਕ ਕੀ ਹੈ ਲੋਭ ਤੇ ਪੜ੍ਹਨ ਵਾਸਤੇ ਕਿ ਕਰਨ ਵਾਸਤੇ ਹੈ ਪੜ੍ਹਨ ਵਾਸਤੇ ਕਰਨ ਵਾਸਤੇ ਦੋਵੇਂ ਨੇ ਦੋਵੇਂ ਪਹਿਲਾਂ ਪੜ੍ਹਾਂਗੇ ਫਿਰ ਹੀ ਕਰਾਂਗੇ ਠੀਕ ਹੈ ਬੋਲੋ ਵਾਹਿਗੁਰੂ ਤੇ ਜੇ ਇਕੱਲਾ ਪੜ੍ਹਦੇ ਹੀ ਰਹੇ ਫਿਰ ਕੁਛ ਨਹੀਂ ਬਣਨਾ ਫਿਰ ਪੜ੍ਹ ਪੜ੍ਹ ਗੱਡੀ ਲੱਦੀ ਪੜ੍ਹ ਪੜ੍ਹ ਭਰੀਏ ਬੋਲੋ ਵਾਹਿਗੁਰੂ 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 ਐਵੇਂ ਵੀ ਲਿਖਿਆ ਮੁਖ ਤੇ ਪੜਤਾ ਟੀਕਾ ਸਹਿਤ ਬੋਲੋ ਮੁਖ ਤੇ ਪੜਤਾ ਟੀਕਾ ਸਹਿਤ ਇਸ ਰੀਡਿੰਗ ਬਾਈ ਮਾਊਥ ਉਹ ਨਾਲ ਸ਼ਬਦ ਅਰਥ ਪੜਦਾ ਵਿਦ ਮੀਨਿੰਗਸ ਇਸ ਰੀਡਿੰਗ ਵਿਦ ਮੀਨਿੰਗਸ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਮੂੰਹ ਤੂੰ ਤਾਂ ਪੜਦਾ ਪਿਆ ਅਰਥਾਂ ਸਮੇਤ ਪਰ ਹਿਰਦੇ ਵਿੱਚ ਕੋਈ ਡਰ ਨਹੀਂ ਹੈਗਾ ਕੋਈ ਭੈ ਨਹੀਂ ਹੈਗਾ ਕੋਈ ਰਹਿਤ ਨਹੀਂ ਹੈਗੀ ਕਹਿੰਦਾ ਰਹਿਤ ਰੱਖਣ 'ਚ ਕੀ ਪਿਆ ਮੈਂ ਪਾਠ ਕਰ ਹੀ ਲਿਆ ਨਾ ਰਹਿਤ 'ਚ ਕੀ ਪਿਆ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਉਹਦੇ ਕੋਲ ਗੱਲਾਂ ਤਾਂ ਬਹੁਤ ਨੇ ਸਮਾਨ ਢਾ ਦੇਗਾ ਬੋਲੋ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਵੀ ਮਹਾਰਾਜ ਨੇ ਲਿਖਿਆ ਉੱਡਦੀ ਉੱਡਦੀ ਦਹਿ ਦਿਸਾ ਥਲ ਪਰਬਤ ਬਨ ਰਾਏ ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ ਬੜੇ ਗੂੜੇ ਅਰਥ ਮਹਾਰਾਜ ਨੇ ਦੱਸੇ ਸਨ ਕਹਿੰਦੇ ਕਈ ਬੰਦੇ ਭਾਈ ਸੁਰਜੀਤ ਸਿੰਘ ਵਰਗੇ ਬੜੇ ਗਿਆਨੀ ਨੇ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਅਸਮਾਨ 'ਤੇ ਲੈ ਦਿੰਦੇ ਨੇ ਗੱਲਾਂ 'ਤੇ ਅਸਮਾਨ ਢਾ ਦਿੰਦੇ ਨੇ ਗੱਲਾਂ ਨਾਲ ਪਰ ਜਦੋਂ ਉਹਨਾਂ ਦਾ ਜੀਵਨ ਵੇਖੋ ਉਦੋਂ ਡਰ ਲੱਗਦਾ ਹੈ ਵਾਹਿਗੁਰੂ ਅੱਜ ਜਿੰਨਾ ਨੁਕਸਾਨ ਅਸੀਂ ਕੀਤਾ ਨਾ ਅਸੀਂ ਗ੍ਰੰਥੀਆਂ ਨੇ ਕੌਮ ਦਾ ਪ੍ਰਚਾਰਕਾਂ ਨੇ ਜਥੇਦਾਰਾਂ ਨੇ ਇਹਨਾਂ ਸ਼ਾਇਦ ਲੋਕਾਂ ਨੇ ਨਾ ਕੀਤਾ ਲੋਕ ਕਹਿੰਦੇ ਨੇ ਅਸੀਂ ਦੇਖੇ ਨੇ ਅੰਮ੍ਰਿਤਧਾਰੀ ਵੀ ਵਾਹ ਉਹਨਾਂ ਕੋਲ ਰਹਿਤ ਨਹੀਂ ਹੈਗੀ ਉਹਨਾਂ ਕੋਲ ਜੀਵਨ ਨਹੀਂ ਹੈਗਾ ਉਹਨਾਂ ਨੇ ਬਾਣੀ ਚੀ ਕੇ ਨਹੀਂ ਦਿਖਾਈ ਗਾ ਕੇ ਦਿਖਾਈ ਹੈ ਬੋਲੋ ਵਾਹਿਗੁਰੂ ਤੂੰ ਗਾਣਾ ਕੁਛ ਨਹੀਂ ਹੁੰਦਾ ਤੁਸੀਂ ਇੰਨਾ ਹੀ ਕਹੋਗੇ ਬੜਾ ਸੋਹਣਾ ਕਥਾ ਕੀਤੀ ਬੜੀ ਸੋਹਣਾ ਕੀਰਤਨ ਕੀਤਾ ਇੰਨਾ ਹੀ ਕਹੋਗੇ ਬਸ ਪਰ ਜਦੋਂ ਤੁਸੀਂ ਕਿਸੇ ਦਾ ਜੀਵਨ ਦੇਖੋਗੇ ਫਿਰ ਤੁਸੀਂ ਕਹੋਗੇ ਜਾਂ ਤਾਂ ਕਹੋਗੇ ਧੰਨ ਹੈ ਅਤੇ ਜਾਂ ਕਹੋਗੇ ਇਹ ਮਰ ਜਾਵੇ ਡੁੱਬ ਕੇ ਸਿੰਕ ਇਨ ਵਾਟਰ ਐਂਡ ਜਾਂ ਕਹੋਗੇ ਇਹ ਬੰਦਾ ਧੰਨ ਹੈ ਯਾਰ ਕਮਾਉਂਦਾ ਵੀ ਹੈ ਧੰਨ ਧੰਨ ਕਹਿ ਸਭ ਕੋਈ ਮੁੱਖ ਉਜਲ ਦਰਗਾਹ ਸੋਏ ਇੱਥੇ ਵੀ ਲੋਕ ਤੁਹਾਨੂੰ ਧੰਨ ਕਹਿਣਗੇ ਜੇ ਕਮਾਈ ਕਰੋਗੇ ਬੋਲੋ ਵਾਹਿਗੁਰੂ ਅਤੇ ਦਰਗਾਹ 'ਚ ਵੀ ਸ਼ਾਬਾਸ਼ ਮਿਲੇਗੀ ਉੱਥੇ ਵੀ ਕਹਿਣਗੇ ਜਦੋਂ ਤੁਸੀਂ ਜਾਓਗੇ ਮਹਾਰਾਜ ਕਹੇਗਾ ਸ਼ਾਬਾਸ਼ ਮੇਰਾ ਪੁੱਤਰ ਖੱਟ ਕੇ ਆਇਆ ਮਾਈ ਖਾਟ ਆਇਓ ਘਰ ਪੁੱਤਾ ਪੁੱਤਰ ਖੱਟ ਕੇ ਆਇਆ ਮਨ ਕਰ ਹਲਾ ਵਿਚਾਰੀਆ ਮਨਮੁਖ ਫਾਥਿਆ ਮਹਾਂਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮੁਕਤ ਹੋਣਾ ਤਾਂ ਫਿਰ ਸੰਭਾਲਣਾ ਪਏਗਾ ਨਾ ਸੰਭਾਲਣਾ ਹੁੰਦਾ ਯਾਦ ਕਰਨਾ ਟੂ ਰਿਮੈਂਬਰ ਵਾਹਿਗੁਰੂ ਫਿਰ ਗੁਰਮੁਖ ਨੇ ਉਹ ਕੀ ਕਰਦੇ ਨੇ ਵਾਹਿਗੁਰੂ ਜੀ ਨੂੰ ਚੇਤਾ ਰੱਖਦੇ ਨੇ ਵਾਹਿਗੁਰੂ ਜੀ ਨੂੰ ਯਾਦ ਰੱਖਦੇ ਨੇ ਹਰ ਵੇਲੇ ਮਨਮੁਖ ਦੂਜੇ ਭਾਏ ਲੱਗਾ ਵਿਖ ਖਾਂਦਾ ਹੈ ਮੋਟਾ ਜਿਹਾ ਲਿਖਿਆ ਨਾ
ਉਹ ਵਾਹਿਗੁਰੂ ਦਾ ਨਾਮ ਛੱਡ ਕੇ ਤੇ ਕੀ ਖਾਂਦਾ ਹੈ? ਪੋਇਜ਼ਨ। ਬੋਲੋ ਵਾਹਿਗੁਰੂ 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 ਤੇ ਪੋਇਜ਼ਨ ਖਾ ਕੇ ਜੀਵੇਗਾ ਕਿ ਮਰੇਗਾ? ਮਰੇਗਾ ਮਰੇਗਾ। ਬੋਲੋ ਵਾਹਿਗੁਰੂ ਵਾਹਿਗੁਰੂ। ਤੋ ਸਾਡੇ ਪਿੰਡ ਮੈਂ ਕੀਰਤਨ ਕਰਦਾ ਸੀ ਤੇ ਉਹ ਮੈਨੂੰ ਕਹਿੰਦੇ ਇਹ ਤਾਂ ਕੌੜਾ ਬੋਲਦਾ ਹੈ। ਮੈਂ ਦੱਸ ਦਿੰਦਾ ਨਾ ਸਾਰਾ ਕੁਛ, ਕਹਿੰਦੇ ਇਹ ਤਾਂ ਕੌੜਾ ਬੋਲਦੇ ਨੇ। ਮੈਂ ਕਿਹਾ ਬੱਲੇ ਵਾਹਿਗੁਰੂ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਬੁਖਾਰ ਚੜਿਆ ਹੋਵੇ ਤੇ ਤੁਸੀਂ ਡਾਕਟਰ ਸਾਹਿਬ ਕੋਲ ਗਏ, ਮਲੇਰੀਆ ਹੋਇਆ ਤੁਹਾਨੂੰ, ਅੰਡਰਸਟੈਂਡ? ਬੋਲੋ ਵਾਹਿਗੁਰੂ ਵਾਹਿਗੁਰੂ। ਯੂ ਵੈਂਟ ਟੂ ਦ ਡਾਕਟਰ ਐਂਡ ਡਾਕਟਰ ਗੇਵ ਯੂ ਕੁਨੈਨ, ਕੁਨੈਨ ਦੀ ਗੋਲੀ ਦੇ ਦਿੱਤੀ ਤੇ ਉਹ ਕੌੜੀ ਹੈ ਨਾ, ਤੇ ਮਰੀਜ਼ ਨੇ ਕਿਹਾ ਮੈਂ ਨਹੀਂ ਖਾਣੀ, ਦੱਸੋ ਸੋ ਸੋਰ ਆਈ ਵਾਂਟ ਈਟ। ਤਾਂ ਮਰੇਗਾ ਕੌਣ? ਮਰੀਜ਼ ਕਿ ਡਾਕਟਰ? ਤੇ ਅਸੀਂ ਇਹ ਉਪਦੇਸ਼ ਸੁਣਨਾ ਨਹੀਂ ਚਾਹੁੰਦੇ ਤੇ ਮਰੇਗਾ ਕੌਣ? ਅੱਜ ਸਿੱਖ ਸੁਣਨਾ ਨਹੀਂ ਚਾਹੁੰਦੇ, ਕਹਿੰਦੇ ਕੌੜਾ ਹੈ। ਬਾਣੀ ਪੜ੍ਹ ਕੇ ਦੇਖੋ, ਬਾਣੀ ਕਹਿੰਦੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਬੋਲਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ। ਇਹ ਤਾਂ ਤਸਵੀਰ ਦੱਸੀ ਮਨੁੱਖ ਦੀ, ਕਿਹਾ ਥੋੜ੍ਹਾ ਕਿਸੇ ਨੂੰ ਤੁਸੀਂ ਗੁਰਮੁਖ ਬਣ ਜਾਓ, ਤੁਹਾਡੇ 'ਤੇ ਕੁਛ ਗੁਰਮੁਖ ਵਾਲੀ ਤਸਵੀਰ ਲਾਗੂ ਹੋ ਜਾਏਗੀ, ਫਿਰ ਤੁਸੀਂ ਇਹੋ ਹੀ ਕਹੋਗੇ ਬੜਾ ਸੋਹਣਾ। ਬੋਲੋ ਵਾਹਿਗੁਰੂ। ਅਸੀਂ ਮਨਮੁੱਖ ਹਾਂ ਇਸ ਕਰਕੇ ਸਾਨੂੰ ਚੰਗਾ ਨਹੀਂ ਲੱਗਦਾ। ਬੋਲੋ ਵਾਹਿਗੁਰੂ। ਦੈਟਸ ਵਾਈ ਅਸੀਂ ਤਾਂ, ਕਿਉਂਕਿ ਸਾਡੇ 'ਤੇ ਲਾਗੂ ਹੋ ਜਾਂਦੀ ਹੈ, ਸਾਡੀ ਤਸਵੀਰ ਸਾਨੂੰ ਦਿਸ ਪੈਂਦੀ ਹੈ, ਸਾਡਾ ਜੀਵਨ ਸਾਨੂੰ ਦਿਸ ਪੈਂਦਾ, ਅਤੇ ਬਾਣੀ ਨੇ ਜੀਵਨ ਹੀ ਤਾਂ ਦਿਖਾਉਣਾ, ਹੋਰ ਕੀ ਹੈ? ਬੋਲੋ ਵਾਹਿਗੁਰੂ। ਬਾਣੀ ਤੁਹਾਨੂੰ ਜੀਵਨ ਦਿਖਾਉਂਦੀ ਹੈ, ਬਾਣੀ ਸ਼ੀਸ਼ਾ ਹੈ, ਗੁਰਬਾਣੀ ਇਸ ਮਿਰਰ ਐਂਡ ਸੀ ਯੋਰ ਲਾਈਫ ਇਨ ਗੁਰਬਾਣੀ, ਪ੍ਰਚਾਰਕ ਇਸ ਮਿਰਰ, ਸੀ ਯੋਰ ਲਾਈਫ ਫਰੋਮ ਪ੍ਰਚਾਰਕ, ਡੋਂਟ ਥਰੋ ਸਟੋਨਸ ਔਨ ਪ੍ਰਚਾਰਕ, ਡੋਂਟ ਥਰੋ ਸਟੋਨ ਔਨ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ, ਸੀ ਯੋਰ ਸੈਲਫ ਇਨ ਦ ਮਿਰਰ, ਡੋਂਟ ਬ੍ਰੇਕ ਮਿਰਰ। ਅਸੀਂ ਕੀ ਕਰਦੇ ਹਾਂ? ਸ਼ੀਸ਼ਾ ਹੀ ਤੋੜ ਦਿੰਦੇ ਹਾਂ, ਮੂੰਹ ਸਾਡਾ ਡਿੰਗਾ ਹੈ। ਮੂੰਹ ਸਾਡਾ ਟੇਢਾ ਹੈ। ਬੋਲੋ ਵਾਹਿਗੁਰੂ। ਅਤੇ ਅਸੀਂ ਕੀ ਕਰਤਾ? ਸ਼ੀਸ਼ਾ ਤੋੜਤਾ। ਇਹ ਸ਼ੀਸ਼ੇ 'ਚ ਮੂੰਹ ਭੈੜਾ ਦਿਸਦਾ ਪਿਆ? ਨਹੀਂ ਨਹੀਂ, ਸ਼ੀਸ਼ੇ 'ਚ ਨਹੀਂ ਭੈੜਾ ਦਿਸਦਾ ਪਿਆ, ਤੇਰਾ ਮੂੰਹ ਹੀ ਇਹੋ ਜਿਹਾ। ਬੋਲੋ ਵਾਹਿਗੁਰੂ। ਸਾਡਾ ਜੀਵਨ ਹੀ ਇਹੋ ਜਿਹਾ, ਤੂੰ ਆਪਣੇ ਜੀਵਨ ਨੂੰ ਸਵਾਰ, ਇਹੋ ਸ਼ੀਸ਼ਾ ਸੋਹਣਾ ਲੱਗੇਗਾ, ਬੜਾ ਮਿੱਠਾ ਲੱਗੇਗਾ। ਬੋਲੋ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਚੁੱਕੀ ਦੇਖਣਾ, ਆਪਣਾ ਜੀਵਨ ਦੇਖਣਾ। ਜੀਵਨ ਦੇਖੋਗੇ ਗੁਰੂ ਗ੍ਰੰਥ ਸਾਹਿਬ ਬੜਾ ਮਿੱਠਾ ਲੱਗੇਗਾ, ਫਿਰ ਬੋਲੋਗੇ ਮੂੰਹ ਚੋਂ ਰਮਈਆ ਹਮ ਵਾਰਕ ਤੇਰਾ ਕਾਹੇ ਨਾ ਖੰਡ ਸੇ ਅਵਗੁਣ ਮੇਰਾ, ਫਿਰ ਬੋਲੋਗੇ ਨਾ, ਫਿਰ ਬੋਲੋਗੇ ਨਾ ਜੇ ਪਤਾ ਲੱਗੇਗਾ ਅਵਗਣ ਹੈਗੇ ਨੇ ਤੇ। ਸ਼ੀਸ਼ਾ ਦੇਖਿਆ ਗੁਰੂ ਗ੍ਰੰਥ ਸਾਹਿਬ ਦਾ, ਪਤਾ ਲੱਗ ਗਿਆ ਮੈਂ ਤੇ ਔਗਣਾਂ ਦਾ ਭਰਿਆ, ਫਿਰ ਮਿਹਨਤ ਕੀਤੀ, ਤਰਲਾ ਕੀਤਾ, ਹੇ ਵਾਹਿਗੁਰੂ ਮੈਂ ਤੁਹਾਡਾ ਬੱਚਾ ਵਾਂ, ਤੁਸੀਂ ਮੇਰਾ ਔਗਣ ਕਿਉਂ ਨਹੀਂ ਗਵਾਉਂਦੇ, ਤੁਸੀਂ ਮੈਨੂੰ ਆਪਣੇ ਪੁੱਤਰਾਂ ਵਾਂਗ ਕਿਉਂ ਨਹੀਂ ਪਾਲਦੇ? ਵਾਹਿਗੁਰੂ 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 ਹੈ, ਖੁੱਲਦਾ ਨਹੀਂ ਤੁਹਾਡੇ ਵੀ ਮਹਾਰਾਜ ਤੁਹਾਨੂੰ ਅੱਗੇ ਨਹੀਂ ਦਿਖਾਉਣਾ ਚਾਹੁੰਦੇ, ਤਾਂ ਮਤਲਬ ਇਹੀ ਹੈ। ਵਾਹਿਗੁਰੂ ਕੁਛ ਹੋਰ ਦੱਸਣਾ ਚਾਹੁੰਦੇ ਹੋਣੇ ਨੇ? ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਦੇ 'ਚ ਵੀ ਭਲਾ ਹੈ। ਬੋਲੋ ਵਾਹਿਗੁਰੂ 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 ਬੰਦ ਕਰ ਲਓ। ਵਾਹਿਗੁਰੂ 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 ਵਾਹਿਗੁਰੂ। ਉਹ ਮੈਂ ਅੱਗੇ ਕਰਦਾ ਨਹੀਂ ਨਾ, ਤੂੰ ਕੰਪਿਊਟਰ ਤੋਂ ਬਹੁਤਾ ਤੁਹਾਰੇ, ਕਹਿੰਦੇ ਅੱਜ ਕੱਲ੍ਹ ਤੂੰ ਲੱਗ ਗਿਆ ਤੇ ਹੈ ਨਾ, ਜਿਹੜਾ ਸਵਾਦ ਯਾਦ ਕਰਕੇ, ਜਿਹੜਾ ਸਵਾਦ ਉਹਦੇ ਨਾਲ ਜੁੜ ਕੇ ਆਉਂਦਾ ਹੈ ਨਾ, ਉਹ ਇੱਦਾਂ ਨਹੀਂ ਆਉਂਦਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਤੁਹਾਰੇ ਕਹਿੰਦੇ ਮਨਮੁੱਖ ਮੂਲੋਂ ਭੁੱਲਿਆ, ਮਨਮੁੱਖ ਮੂਲ ਮੇਰੇ ਗੁਰੂ ਗ੍ਰੰਥ ਸਾਹਿਬ, ਇਹ ਸਾਡਾ ਮੂਲ ਹੈ, ਵਾਹਿਗੁਰੂ ਸਾਡਾ ਮੂਲ ਹੈ, ਪਰਮਾਤਮਾ ਸਾਡਾ ਮੂਲ ਹੈ, ਜਿੱਥੋਂ ਅਸੀਂ ਆਏ ਹਾਂ, ਹੈ ਨਾ, ਸਾਰਿਆਂ ਨੂੰ ਸਮਝ ਲੱਗਦੀ? ਅਤੇ ਉਹ ਭੁੱਲ ਗਿਆ, ਉਹਨੂੰ ਭੁੱਲ ਗਿਆ ਮੈਂ ਆਪਣੇ ਘਰ ਜਾਣਾ, ਉਹ ਭੁੱਲ ਗਿਆ ਸੰਸਾਰ। ਉਹ ਕਹਿੰਦਾ ਇਹ ਜਗ ਮਿੱਠਾ, ਅਗਲਾ ਕਿੰਨਾ ਮਿੱਠਾ, ਦਿਸ ਵਰਲਡ ਇਜ਼ ਵੈਰੀ ਸਵੀਟ,
Next world, who has seen next world? Vaheguru? Vaheguru. Manmukh Moolu Pulya Vich Lab Lob. Hankar, he's in pride, he's in greedy. Lab Lob, Hankar. Chagda karde aan din gudra hai. Din raat chagda karde hai. Karde dekhi nahi lokan chagde. Din raat chagda, har gal te chagda, har gal te chagda. Eh kidaan ji, eh kidaan ji. Oh sorry, sorry raa, rab nu hi jande ne. All the ways go to the guru. Kal bhi mainu koi keh rahi si. Sare jana te utthe hi hai. Jana te Himalaya parbat te hi hai. There's a mountain in India, the name is Himalaya, and people give example, we have to go to the top of the Himalaya, go from this side, go from this side, from this side, from this side. Main keh rab Himalaya parbat nahi hai ga na. Ethe hi te bhulekha ode vich rab hai ga par Himalaya parbat kalla rab nahi. Bolo Vaheguru. ਜੇ ਤਾਂ ਹਿਮਾਲਿਆ ਪਰਬਤ ਰੱਬ ਹੁੰਦਾ ਉਹਦੀ ਝੋਟੀ ਰੱਬ ਹੁੰਦੀ ਤਾਂ ਅਸੀਂ ਜਿਹੜੇ ਮਰਜ਼ੀ ਪਾਸੇ ਨੂੰ ਚੱਲ ਜਾਂਦੇ ਲੋ ਵਾਹਿਗੁਰੂ 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 ਮਨ ਕਹੇ ਰੱਬ ਇੱਕ ਇੱਕ ਦੋ ਨੇ ਤਿੰਨ ਨੇ ਚਾਰ ਨੇ ਕਹਿੰਦੇ ਇੱਕੋ ਹੀ ਹੈ ਇੱਕੋ ਹੀ ਹੈ ਨਾ ਵਾਹਿਗੁਰੂ ਸਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾ ਅੱਖਰ ਕੀ ਲਿਖਿਆ ਇੱਕ ਤਾਂ ਕਿ ਸਿੱਖ ਇੱਕ ਤੋਂ ਬਾਅਦ ਦੂਜੇ ਕੋਲ ਜਾਏ ਹੀ ਨਾ ਪਰ ਵੱਖਰੀ ਗੱਲ ਹੈ ਸਾਨੂੰ ਉਸ ਇੱਕ ਦੀ ਸਮਝ ਹੀ ਨਹੀਂ ਆਈ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਨਾਨਕ ਦੇਵ ਜੀ ਨਿੱਕੇ ਜਿਹੇ ਸੀ ਨਾ ਚਲੋ ਰਹਿਣ ਦੋ ਕੋਈ ਨਹੀਂ ਆਪਾਂ ਥੋੜ੍ਹਾ 10-15 ਮਿੰਟ ਇੱਦਾਂ ਕਰ ਲੈਂਦੇ ਫਿਰ ਸਹੀ ਅਗਲੀ ਵਾਰੀ ਸਹੀ ਬੋਲੋ ਵਾਹਿਗੁਰੂ 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 ਗੁਰੂ ਨਾਨਕ ਦੇਵ ਜੀ ਛੋਟੇ ਜਿਹੇ ਸਕੂਲ ਵਿੱਚ ਭੇਜਿਆ ਉਹਨਾਂ ਨੂੰ ਭੇਜਿਆ ਸੀ ਨਾ ਉੱਥੇ ਪਤਾ ਪੰਥ ਕੋਲ ਭੇਜਿਆ ਸੀ ਪੜ੍ਹਨ ਵਾਸਤੇ ਪੰਡਿਤ ਕੋਲ ਪਾਂਧਾ ਕਹਿੰਦੇ ਨੂੰ ਬੋਲੋ ਵਾਹਿਗੁਰੂ 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 ਤੇ ਮਹਾਰਾਜ ਨੂੰ ਕਹਿੰਦੇ ਲਿਖ ਇੱਕ ਪਾਂਧਾ ਕਹਿੰਦਾ ਪੰਡਿਤ ਕਹਿੰਦਾ ਲੇਖ ਰਾਈਟ ਵਨ ਅਤੇ ਗੁਰੂ ਜੀ ਕਹਿੰਦੇ ਨਿੱਕੇ ਜੇ ਕਹਿੰਦੇ ਉਹਨੂੰ ਲਿਖਿਆ ਵੀ ਜਾ ਸਕਦਾ ਉਹ ਲਿਖਣ ਵਿੱਚ ਵੀ ਆ ਜਾਂਦਾ ਪਹਿਲੀ ਵਾਰੀ ਪਾਂਧੇ ਨੇ ਇਹ ਗੱਲ ਸੁਣੀ ਇੱਕ ਛੋਟੇ ਜਿਹੇ ਬੱਚੇ ਕੋਲੋਂ ਵੀ ਉਹ ਜਿਹੜਾ ਇੱਕ ਆ ਉਹ ਲਿਖਿਆ ਵੀ ਜਾ ਸਕਦਾ ਕੈਨ ਬੀ ਰਾਈਟ ਬੋਲੋ ਵਾਹਿਗੁਰੂ ਗੱਲ ਸਮਝ ਲੱਗੀ ਉਹ ਤਾਂ ਲਿਖਣ ਤੋਂ ਬਾਅਦ ਪਹਿਲੀ ਵਾਰੀ ਕਿਸੇ ਨੇ ਪਾਂਧੇ ਨੂੰ ਕਿਹਾ ਪੰਡਿਤ ਨੂੰ ਕਿਹਾ ਛੋਟੇ ਜਿਹੇ ਬੱਚੇ ਨੇ ਵੀ ਪੰਡਿਤ ਜੀ ਉਹ ਇੱਕ ਲਿਖਿਆ ਵੀ ਜਾ ਸਕਦਾ ਅਤੇ ਥੋੜ੍ਹਾ ਜਿਹਾ ਹਿੱਲਿਆ ਅਤੇ ਕਹਿੰਦਾ ਲੈ ਮੈਂ ਤੈਨੂੰ ਲਿਖ ਦਿੰਦਾ ਕਹਿੰਦੇ ਲਿਖ ਦੇ ਉਹ ਫੱਟੀ 'ਤੇ ਇੱਕ ਲਿਖ ਦਿੱਤਾ ਫੱਟੀ ਯੂਜ਼ ਅੰਡਰਸਟੈਂਡ ਫੱਟੀ ਉੱਤੇ ਲਿਖਤਾ ਹਾਂ ਤੁਹਾਨੂੰ ਤਾਂ ਪਤਾ ਪਹਿਲਾਂ ਬੱਚਿਆਂ ਨੂੰ ਬੋਲੋ ਵਾਹਿਗੁਰੂ ਉੱਤੇ ਲਿਖ ਦਿੱਤਾ ਇੱਕ ਅਤੇ ਉਹਨੇ ਥੋੜ੍ਹਾ ਜਿਹਾ ਦੂਜੇ ਬੱਚਿਆਂ ਨੂੰ ਮੋਹ ਕੀਤਾ ਅਤੇ ਮਹਾਰਾਜ ਨੇ ਉਹਨੂੰ ਮਿਟਾ ਦਿੱਤਾ ਸਾਫ਼ ਕਰਤਾ ਛੋਟੇ ਜਿਹੇ ਹੱਥ ਨਾਲ ਬੋਲੋ ਵਾਹਿਗੁਰੂ ਅਤੇ ਉਹ ਪੰਡਿਤ ਕਹਿੰਦਾ ਫੱਟੀ ਦੇ ਕੇ ਅਤੇ ਕਹਿੰਦਾ ਤੈਨੂੰ ਮੈਂ ਇੱਕ ਲਿਖ ਕੇ ਦਿੱਤਾ ਸੀ ਤੂੰ ਮਿਟਾਤਾ ਕਹਿੰਦਾ ਉਹ ਮਿਟਾਇਆ ਵੀ ਜਾ ਸਕਦਾ ਵਾਹਿਗੁਰੂ ਉਹਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਉਹ ਇੱਕ ਮਿਟਾਇਆ ਨਹੀਂ ਜਾ ਸਕਦਾ ਉਹ ਤੇ ਐਸ ਇੱਕ ਦੀ ਗੱਲ ਕਰਦਾ ਸੀ ਅਤੇ ਉਹ ਕਿਸੇ ਹੋਰ ਇੱਕ ਦੀ ਗੱਲ ਕਰਦਾ ਸੀ ਉਹਨੇ ਫਿਰ ਕਹਿੰਦਾ ਲੈ ਮੈਂ ਤੈਨੂੰ ਫਿਰ ਲਿਖ ਦਿੰਦਾ ਉਹਨੇ ਫਿਰ ਲਿਖਤਾ ਇੱਕ ਬੋਲੋ ਵਾਹਿਗੁਰੂ ਗੁਰੂ ਸਾਹਿਬ ਨੇ ਉਹਨੂੰ ਥੋੜ੍ਹਾ ਜਿਹਾ ਛੋਟਾ ਕਰਤਾ ਜਿਹੜਾ ਪਾਂਡੇ ਨੇ ਲਿਖਿਆ ਨਾ ਉਹਨੂੰ ਥੋੜ੍ਹਾ ਕੁ ਛੋਟਾ ਕਰ ਦਿੱਤਾ ਅਤੇ ਉਹ ਪੰਡਿਤ ਫਿਰ ਪੁੱਛਦਾ ਵੀ ਬੱਚੇ ਤੈਨੂੰ ਇੱਕ ਲਿਖ ਕੇ ਦਿੱਤਾ ਤੂੰ ਉਹਨੂੰ ਛੋਟਾ ਕਰਤਾ ਕਹਿੰਦਾ ਉਹ ਛੋਟਾ ਵੀ ਹੋ ਸਕਦਾ ਉਹ ਇੱਕ ਦਿੱਤਾ ਸੀ ਸਾਨੂੰ ਫਿਰ ਅਗਲੀ ਵਾਰੀ ਥੋੜ੍ਹਾ ਜਿਹਾ ਵੱਡਾ ਕਰ ਦਿੱਤਾ ਅਤੇ ਗੁਰੂ ਸਾਹਿਬ ਕਹਿੰਦੇ ਉਹ ਕਹਿੰਦਾ ਵੀ ਤੈਨੂੰ ਤੂੰ ਇਹਨੂੰ ਕਿੱਡਾ ਵੱਡਾ ਲਿਖ ਦਿੱਤਾ ਫੱਟੀ 'ਤੇ ਕਹਿੰਦਾ ਜਿਹੜਾ ਤੂੰ ਇੱਕ ਲਿਖ ਦਿੱਤਾ ਇਹ ਵੱਡਾ ਛੋਟਾ ਹੋ ਸਕਦਾ ਜਿਹੜਾ ਉਹ ਇੱਕ ਹੈ ਨਾ ਉਹ ਵੱਡਾ ਵੀ ਨਹੀਂ ਹੋ ਸਕਦਾ ਛੋਟਾ ਵੀ ਨਹੀਂ ਹੋ ਸਕਦਾ ਮਿਟਾਇਆ ਵੀ ਨਹੀਂ ਜਾ ਸਕਦਾ ਲਿਖਿਆ ਵੀ ਨਹੀਂ ਜਾ ਸਕਦਾ ਬੋਲੋ ਵਾਹਿਗੁਰੂ ਉਸ ਇੱਕ ਨਾਲ ਜੋੜਿਆ ਸੀ ਤੁਹਾਨੂੰ ਬੋਲੋ ਵਾਹਿਗੁਰੂ ਅਸੀਂ ਇੱਕ ਨੂੰ ਛੱਡ ਦਿੱਤਾ ਸਿੱਖਾਂ ਨੇ ਤਾਂ ਮਾਰ ਪੈਂਦੀ ਪਈ ਬੋਲੋ ਵਾਹਿਗੁਰੂ ਵਾਹਿਗੁਰੂ ਗੁਰ ਕੇ ਸ਼ਬਦ ਕੀ ਗੁਰ ਕੇ ਪੈ ਕੀ ਸਾਰ ਨਾ ਜਾਣੇ ਅਸੀਂ ਜਾਣਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਅਸੀਂ ਸਮਝਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਕੋਸ਼ਿਸ਼ ਹੀ ਨਹੀਂ ਕੀਤੀ ਕੋਈ ਅੱਖਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਣੇ ਜੀਵਨ ਵਿੱਚ ਲੈ ਆਈਏ ਬੋਲੋ ਵਾਹਿਗੁਰੂ ਵਾਹਿਗੁਰੂ ਮਨਮੁਖ ਮੁੱਲ ਨੂੰ ਭੁੱਲਿਆ ਵਿੱਚ ਲੱਭ ਲਓ ਹੰਕਾਰ ਝਗੜਾ ਕਰਦੇ ਆਨ ਦਿਨ ਗੁਦਰੈ ਸ਼ਬਦ ਨਾ ਕਰੇ ਵਿਚਾਰ ਉਹ ਮਨਮੁੱਖ ਹੈ ਜਿਹੜਾ ਸ਼ਬਦ ਦੀ ਵਿਚਾਰ ਹੀ ਨਹੀਂ ਕਰਦਾ ਬੋਲੋ ਵਾਹਿਗੁਰੂ 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 ਸ਼ੁੱਧ ਮਤ ਕਰਤੇ ਹਿਰ ਲਈ ਉਹ ਵੀ ਕੀ ਕਰੇ ਉਹਦੀ ਜਿਹੜੀ ਬੁੱਧੀ ਸੀ ਜਿਹੜੀ ਉਹਦੀ ਅਕਲ ਸੀ ਉਹ ਅਕਾਲ ਪੁਰਖ ਕਰਤਾ ਵਾਹਿਗੁਰੂ ਜੀ ਨੇ ਖੋ ਲਈ ਹੈ ਸ਼ੁੱਧ ਮਤ ਕਰਤੇ ਹਿਰ ਲਈ ਬੋਲਣ ਸਭ ਵਿਕਾਰ ਜੋ ਵੀ ਬੋਲਦਾ ਫਾਲਤੂ ਬੋਲਦਾ ਬੋਲੋ ਵਾਹਿਗੁਰੂ
Vaheguru. 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 Ditte kite na santokhi hai. Bolo. Ditte kite na santokhi hai. ਜਿੰਨਾ ਮਰਜ਼ੀ ਉਹਨੂੰ ਰੱਬ ਦੇ ਦੇਵੇ ਉਹ ਕਹਿੰਦਾ ਮੈਨੂੰ ਕੀ ਦਿੱਤਾ ਰੱਬ ਨੇ ਉਹਨੂੰ ਸੰਤੋਖ ਹੀ ਨਹੀਂ ਆਉਂਦਾ ਮਨਮੁੱਖ ਨੂੰ ਉਹਨੂੰ ਜੋ ਮਰਜ਼ੀ ਦੇ ਦਿਓ ਕਾਰ ਦੇਤੀ ਇਹਦਾ ਕੀ ਫਿਰ ਵੱਡੀ ਚਾਹੀਦੀ ਹੈ ਹਨਾ ਫਿਰ ਉੱਥੇ ਗੱਲ ਆਉਣੀ ਜੋ ਮਰਜ਼ੀ ਦੇ ਦਿੱਤਾ ਉਹਨੂੰ ਕਰੋੜ ਦੇ ਤੇ ਅਰਬਾਂ ਦੇ ਤੇ ਉਹ ਕਹਿੰਦਾ ਮੈਨੂੰ ਕੀ ਦਿੱਤਾ ਦਿੱਤਾ ਕਿਤੇ ਨਾ ਸੰਤੋਖੀ ਹੈ ਮਾਇਆ ਮੋਹ ਪਿਆਰ ਹੀ ਲਵਸ ਮਾਇਆ ਹੀ ਸਟੈਚ ਟੂ ਦ ਵਰਲਡ ਨਟ ਟੂ ਦ ਗੁਰੂ ਬੋਲੋ ਵਾਹਿਗੁਰੂ 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 ਤੇ ਦਨ ਗੁਰੂ ਜੀ ਸੇਸ ਮਨਮੁੱਖਾਂ ਨਾਲੋਂ ਟੁੱਟੀ ਭਲੀ ਚੰਗਾ ਆ ਉਹਨਾਂ ਨਾਲ ਤੋੜ ਲਵੋ ਇਹੋ ਜਿਹੇ ਬੰਦਿਆਂ ਨਾਲ ਡੋਂਟ ਮੇਕ ਫਰੈਂਡਸ਼ਿਪ with these people ji man mukha nalon tutti pali te assi ta labde ha unna nu unna di sangat karde ha bhaj bhaj ke unna nal bhangde paunde ha dance karne ha unna nal ja ja ke fikr ne sikhi mile ha sikhi welcome guru ji kehnde ne unna nal tod la je tu mere nal judna hai te tod la lo vaah guru vaah guru vaah kinna nalon ਜਿਨ ਮਾਇਆ ਮੋਹ ਪਿਆਰ ਮਾਇਆ ਮੋਹ ਪਿਆਰ ਜਿਹੜੇ ਸਿਰਫ ਮਾਇਆ ਨਾਲ ਹੀ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਸਿਰਫ ਮਾਇਆ ਨਾਲ ਹੀ ਮੋਹ ਹੈ ਸੰਸਾਰ ਨਾਲ ਹੀ ਮੋਹ ਹੈ ਅੱਜ ਤੁਸੀਂ ਦੇਖਿਆ ਨਾ ਸੰਸਾਰ 'ਤੇ ਬਹੁਤ ਕੁਛ ਹੈ ਭੈਣ ਭਰਾ ਕੋਈ ਨਹੀਂ ਸਭ ਮਾਇਆ ਹੀ ਤੁਸੀਂ ਬਾਹਰ ਰਹਿੰਦੇ ਹੋ ਤੁਹਾਡੀਆਂ ਪ੍ਰੋਪਰਟੀਜ਼ ਇੰਡੀਆ 'ਚ ਨੇ ਤੁਹਾਡੇ ਭੈਣ ਭਰਾ ਦੱਬਣ ਡਏ ਨੇ ਸ਼ਾਇਦ ਤੁਹਾਡੇ 'ਚ ਵੀ ਕਿਸੇ ਨਾਲ ਇੱਦਾਂ ਹੋਇਆ ਵੀ ਮੈਂ ਤਾਂ ਆਈ ਹੈਵ ਸੈਵਰਲ ਕੇਸਿਸ ਭਰਾ ਨੇ ਭਰਾ ਦੇ ਉੱਤੇ ਗੱਡੀ ਚੜ੍ਹਾ ਦਿੱਤੀ ਕੋਠੀ ਸੀ ਲੁਧਿਆਣੇ 'ਚ ਇੱਥੇ ਡਰਬੀ ਦਾ ਸੀ ਮੇਰਾ ਫਰੈਂਡ ਸੀਗਾ ਕਹਿੰਦਾ ਮੈਂ ਇੰਡੀਆ ਚੱਲਿਆ ਮੈਂ ਕਿਹਾ ਕੀ ਕਰਨ ਚੱਲਿਆ ਕਹਿੰਦਾ ਆਮ ਗੋਇੰਗ ਟੂ ਸੈਲ ਮਾਈ ਕੋਠੀ ਮੈਂ ਕਿਹਾ ਨਾ ਜਾ ਕੌਣ ਰਹਿੰਦਾ ਕਹਿੰਦਾ ਮੇਰਾ ਬ੍ਰਦਰ ਮੈਂ ਕਿਹਾ ਨਾ ਜਾ ਡੋਂਟ ਗੋ ਰਹਿਣ ਦੇ ਤੇਰੇ ਭਰਾ ਕੋਲ ਹੀ ਹੈ ਨਾ ਛੱਡ ਪਰੇ ਰਹਿਣ ਦੇ ਭਾਈ ਸਾਹਿਬ ਕਰੋੜਾਂ ਦੀ ਕੋਠੀ ਉਹਨੂੰ ਕਿਵੇਂ ਛੱਡ ਦਿਆਂ ਮੈਂ ਕਿਹਾ ਜਾ ਫਿਰ ਚਲਾ ਗਿਆ ਉਹਨੇ ਜੀਪ ਚੜ੍ਹਾਤੀ ਉੱਤੇ 6 ਮਹੀਨੇ ਹਸਪਤਾਲ ਰਿਹਾ ਵਾਪਸ ਆਇਆ ਖੁੰਡੀ ਫੜੀ ਅਤੇ ਮੈਨੂੰ ਮਿਲਿਆ ਕਹਿੰਦਾ ਭਾਈ ਸਾਹਿਬ ਤੁਸੀਂ ਠੀਕ ਕਹਿੰਦੇ ਸੀ ਮੈਂ ਕਿਹਾ ਮੈਂ ਤਾਂ ਤੈਨੂੰ ਕਿਹਾ ਸੀ ਤੇਰੇ ਭਰਾ ਕੋਲ ਹੀ ਰਹਿਣ ਦੇ ਛੱਡ ਪਰ ਫੋਰਗੈਟ ਬੋਲੋ ਵਾਹਿਗੁਰੂ ਤੇਰੇ ਕੋਲ ਇੱਥੇ ਹੈਗੀ ਹੈ ਨਾ ਤੇ ਮੇਰਾ ਮਨਮੁੱਖਾਂ ਨਾਲੋਂ ਟੁੱਟੀ ਪਲੀ ਨੋ ਬ੍ਰਦਰ ਨੋ ਸਿਸਟਰ ਓਨਲੀ ਮਾਇਆ ਓਨਲੀ ਮਾਇਆ ਕੋਈ ਭੈਣ ਨਹੀਂ ਕੋਈ ਭਰਾ ਵਾਹਿਗੁਰੂ 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 ਉਹਨਾਂ ਨਾਲ ਟੁੱਟੀ ਚੰਗੀ ਟੁੱਟੀ ਚੰਗੀ ਵਾਹਿਗੁਰੂ ਵਾਹਿਗੁਰੂ ਮੈਂ ਕਈ ਵਾਰੀ ਇਹ ਵੀ ਐਗਜ਼ਾਮਪਲ ਦੇਣਾ ਆਉਣਾ ਬੋਲੋ ਵਾਹਿਗੁਰੂ ਮੈਂ ਕਿਹਾ ਤੁਸੀਂ ਕਿਸੇ ਫਰੈਂਡ ਦੇ ਘਰ ਨਾ ਜਦੋਂ ਵਿਆਹ ਵੀ ਹੋਵੇ ਕੋਈ 1000 ਕੁ 2000 ਪਾਉਂਡ ਦੇ ਆਇਓ ਜਾਂ ਉਹ ਤੁਹਾਡੇ ਘਰ ਦੇ ਜੇ ਜਦੋਂ ਤੁਹਾਡੇ ਬੱਚੇ ਦਾ ਵਿਆਹ ਹੋਵੇ ਤਾਂ ਤੁਹਾਡੇ ਘਰ 1000 ਪਾਉਂਡ ਫੜਾ ਜਾਵੇ ਕੀ ਉਹਨੂੰ ਕਹਿੰਦੇ ਤੁਸੀਂ ਗਿਫਟ ਸਗਨ ਹੈ ਨਾ ਸਗਨ ਦੇਗਾ 1000 ਪਾਉਂਡ ਅਤੇ ਤੁਸੀਂ ਉਹਦੇ ਮੁੰਡੇ ਅਤੇ ਕੁੜੀ ਦੇ ਵਿਆਹ 'ਤੇ ਨਾ ਜਾਇਓ ਉਹ ਫਿਰ ਤੁਹਾਨੂੰ ਫੋਨ ਕਰੇਗਾ ਮੇਰਾ 1000 ਪਾਉਂਡ ਤੇ ਮੁੜ ਜਾ ਨਹੀਂ ਆਣਾ ਤੇ ਨਾ ਸੀ ਇੱਦਾਂ ਹੀ ਹੈ ਨਾ ਕਿਹਦੇ ਨਾਲ ਪਿਆਰ ਜੇ ਤੁਹਾਡੇ ਨਾਲ ਹੁੰਦਾ ਫਿਰ ਇੱਦਾਂ ਕਹਿੰਦਾ ਫਿਰ ਤੁਹਾਨੂੰ ਕਹਿੰਦਾ ਤੁਸੀਂ ਕਿਉਂ ਨਹੀਂ ਆਏ ਜੀ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਸੀਂ 1000 ਪਾਉਂਡ ਨਹੀਂ ਤੁਹਾਡੇ ਕੋਲ ਹੈਗਾ ਨਾ ਤੁਸੀਂ ਆ ਜਾਓ ਆਸ਼ੀਰਵਾਦ ਹੀ ਦੇ ਜਾਇਓ ਜੀ ਤੁਸੀਂ ਅਸੀਸ ਹੀ ਦੇ ਜਾਇਓ ਜੀ ਮੇਰੇ ਬੱਚੇ ਨੂੰ ਦਿਸ ਇਜ਼ ਲਵ ਗੁਰਮੁਖ ਲਾਹਾ ਲੈ ਗਏ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ 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 ਤੇ ਜਿਹੜੇ ਗੁਰਮੁਖ ਨੇ ਲਾਹਾ ਖੱਟ ਕੇ ਜਾਂਦੇ ਨੇ ਸੰਸਾਰ ਤੋਂ ਲਾਹਾ ਕੀ ਪ੍ਰੋਫਿਟ ਪ੍ਰੋਫਿਟ ਲੈ ਕੇ ਤੇ ਟੇਕ ਪ੍ਰੋਫਿਟ ਉਹ ਨਾਮ ਦੀਆਂ ਬੰਨ ਕੇ ਆਪਣੇ ਨਾਲ ਤੇ ਨਾਲ ਲੈ ਕੇ ਜਾਂਦੇ ਨੇ ਬੋਲੋ ਵਾਹਿਗੁਰੂ ਵਾਹਿਗੁਰੂ ਉਹ ਲਾਹਾ ਲੈ ਕੇ ਜਾਂਦੇ ਨੇ ਬੋਲੋ ਵਾਹਿਗੁਰੂ ਤੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ ਗੁਰਮੁਖ ਨਾਮ ਮਿਲੇ
ਸ਼ਾਬਾਸ਼ ਬਾਣੀ ਚ ਲਿਖਿਆ ਪਰਮਾਤਮਾ ਕਹਿੰਦਾ ਸ਼ਾਬਾਸ਼ ਤੇ ਮਨਮੁਖ ਵਿਛੜੇ ਖੋਟੀ ਰਾਸ ਰਾਸ ਮੈਨੇ ਪੂੰਜੀ ਰਾਸ ਮੈਨੇ ਧਨ ਰਾਸ ਮੈਨੇ ਮਨੀ ਖੋਟੀ ਪੂੰਜੀ ਖੋਟਾ ਧਨ ਉਹ ਇਕੱਠਾ ਕਰਦੇ ਰਹੇ ਇੱਕ ਮੁਲਟ ਮਾਇਆ ਉਹ ਇੱਥੇ ਹੀ ਛੱਡ ਗਏ ਮੂਲ ਗਵਾ ਕੇ ਚਲੇ ਗਏ ਨਾ ਜਿੰਨੀ ਇਕੱਠੀ ਕੀਤੀ ਨਾਲ ਲੈ ਕੇ ਗਿਆ ਕੋਈ ਤੇ ਫਿਰ ਕਾਤੂ ਕਰਦੇ ਫਿਰਦੇ ਆ ਵਾਹਿਗੁਰੂ ਆ ਕਰੋ ਨਾ ਬੋਲ ਵਾਹਿਗੁਰੂ ਜੀਏ ਛੇਤੀ ਗੈਰ ਹੈ ਜੀਏ ਨਾ ਲੈ ਜਾਏ ਸਮਝ ਲੱਗੀ ਬੋਲ ਵਾਹਿਗੁਰੂ ਤੁਸੀਂ ਕਹਿਤਾ ਨਾ ਸਾਡੇ ਖਾਤੇ 'ਚ ਜਮ੍ਹਾਂ ਹੋ ਗਿਆ ਬੋਲ ਵਾਹਿਗੁਰੂ ਅਤੇ ਇੱਥੇ ਨਹੀਂ ਰਹੇਗਾ ਤੁਹਾਡੇ ਨਾਲ ਹੀ ਜਾਏਗਾ ਬੋਲ ਵਾਹਿਗੁਰੂ ਵਾਹਿਗੁਰੂ ਇਹ ਤੁਹਾਡੇ ਨਾਲ ਹੀ ਜਾਏਗਾ ਨਾਲ ਹੀ ਜਾਏਗਾ ਬੋਲੋ ਵਾਹਿਗੁਰੂ 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 ਹਮਰਾ ਧਨ ਮਾਤੋ ਗੋਬਿੰਦ ਧਰਨੀ ਧਰ ਇਹ ਸਾਰ ਧਨ ਕਹੀਏ ਦਿਸ ਇਜ਼ ਟਰੂ ਵੈਲਥ ਦਿਸ ਇਜ਼ ਟਰੂ ਵੈਲਥ ਬੋਲੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਹਿੰਦੇ ਨੇ ਇਹ ਮੇਰਾ ਧਨ ਆ ਮੇਰਾ ਧਨ ਕੀ ਹੈ ਵਾਹਿਗੁਰੂ ਜੀ ਦਾ ਨਾਮ ਮਾਈ ਵੈਲਥ ਇਜ਼ ਵਾਹਿਗੁਰੂਜ਼ ਨੇਮ ਐਂਡ ਦਿਸ ਇਜ਼ ਟਰੂ ਵੈਲਥ ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ ਇਹ ਸਾਰ ਧਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਤਾਂ ਪਲੇਅਰ ਯੂ ਕੈਨ ਗੈਟ ਫਰੋਮ ਨਾਮ ਯੂ ਕੈਨ ਗੈਟ ਫਰੋਮ ਗੁਰੂ ਸੇਵਾ ਯੂ ਕਾਂਟ ਗੈਟ ਫਰੋਮ ਕਿੰਗਡਮ ਤੁਹਾਨੂੰ ਇੰਗਲੈਂਡ ਦਾ ਰਾਜਾ ਬਣਾ ਦਈਏ ਅਤੇ ਤੁਸੀਂ ਉਹ ਸੁੱਖ ਨਹੀਂ ਲੈ ਸਕਦੇ ਜਿਹੜਾ ਸੁੱਖ ਤੁਸੀਂ ਆ ਲੈ ਸਕਦੇ ਵਾਹਿਗੁਰੂ 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 ਇਹ ਸੁੱਖ ਰਾਜਿਆਂ ਕੋਲ ਨਹੀਂ ਹੈ ਬੋਲੋ ਵਾਹਿਗੁਰੂ 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 ਇਸ ਧਨ ਕਾਰਨ ਸਿਵ ਸੰਕਾਦਕ ਖੋਜਤ ਪਏ ਉਦਾਸੀ ਮਨ ਮੁਕੰਦ ਜੀਵਾ ਨਾਰਾਇਣ ਮਨ ਵਿੱਚ ਵਾਹਿਗੁਰੂ ਜੀਵ ਤੇ ਵਾਹਿਗੁਰੂ ਪਰੇ ਨਾ ਜਮ ਕੀ ਫਾਸੀ ਸਮਝ ਲੱਗੀ ਹਿਰਦੇ ਵਿੱਚ ਕੌਣ ਹੈ ਵਾਹਿਗੁਰੂ ਰਸਨਾ ਤੇ ਕੌਣ ਹੈ ਤੇ ਮੈਸੇਂਜਰ ਆਫ ਡੈਥ ਵਿਲ ਡੂ ਨਥਿੰਗ ਕੁਛ ਵੀ ਨਹੀਂ ਤੁਹਾਡਾ ਕਰ ਸਕਦਾ ਤੁਹਾਨੂੰ ਮੌਤ ਨਹੀਂ ਡਰਾ ਸਕਦੀ ਬੋਲੋ ਵਾਹਿਗੁਰੂ ਮਨਮੁਖੰਦ ਜੀਵਾ ਨਾਰਾਇਣ ਪਰੇ ਨਾ ਜਮ ਕੀ ਫਾਸੀ ਤੇ ਮਨਮੁਖ ਚੱਲੇ ਮੂਲ ਮੂਲ ਗਵਾ ਕੇ ਚਲੇ ਗਏ ਮੂਲ ਕੀ ਹੈ ਸਾਡੇ ਕੋਲ ਵਟ ਇਜ਼ ਮੂਲ ਸਾਡੇ ਕੋਲ ਪੈਸੇ ਕਿਹੜੇ ਨੇ ਮੂਲ ਰੂਪ ਵਿੱਚ ਪੂੰਜੀ ਕਿਹੜੀ ਹੈ ਸਵਾਸ ਅਤੇ ਉਹਨਾਂ ਨੇ ਸਾਰੇ ਹੀ ਸਵਾਸ ਵਿਅਰਥ ਗਵਾ ਲਏ ਮਨਮੁੱਖ ਨੇ ਤੁਸੀਂ ਵੀ ਆਪਣਾ ਆਪਣਾ ਹਿਸਾਬ ਕਰ ਲਓ ਮੈਂ ਵੀ ਬੋਲੋ ਵਾਹਿਗੁਰੂ ਹਿਸਾਬ ਕਰੀਏ ਸਾਰੇ ਜਣੇ ਕਿੰਨੇ ਸਵਾਸ ਵਿੱਚ ਵਾਹਿਗੁਰੂ ਕਿਹਾ ਵੇਖ ਲਓ ਆਪਣੇ ਅੰਦਰ ਛਾਤੀ ਮਾਰ ਕੇ ਅਤੇ ਜਿਹਦੇ 'ਚ ਨਹੀਂ ਕਿਹਾ ਉਹ ਵਿਅਸਤ ਚਲਾ ਗਿਆ ਦੈਟਸ ਵਿਅਰਥ ਆਪਾਂ ਮੂਲ ਗਵਾ ਲਿਆ ਬੋਲੋ ਵਾਹਿਗੁਰੂ ਆਹ ਸਵਾਸ ਤੁਹਾਡਾ ਸਫਲਾ ਹੋ ਗਿਆ ਬੋਲੋ ਵਾਹਿਗੁਰੂ ਇਹ ਤੁਹਾਡੇ ਖਾਤੇ 'ਚ ਲਿਖਿਆ ਗਿਆ ਵਾਹਿਗੁਰੂ ਇਹ ਸਵਾਸ ਸਫਲਾ ਹੋ ਗਿਆ ਵਾਹਿਗੁਰੂ 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 ਤਾਂ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਰਾਜੇ ਨੇ ਤੇਰੇ ਕੋਲ ਕੀ ਹੈ ਭੁੱਖਾ ਨਾ ਤੇਰੇ ਕੋਲ ਦੋ ਵਗਤ ਦੀ ਰੋਟੀ ਨਾ ਤੇਰੇ ਕੋਈ ਕੋਠੀ ਨਾ ਤੇਰੇ ਕੋਈ ਕਾਰ ਉਹ ਕਹਿੰਦਾ ਤੁਮ ਘਰ ਅਤੇ ਕਹਿੰਦਾ ਤੇਰੇ ਕੋਲ ਕੀ ਕਹਿੰਦਾ ਮੇਰੇ ਕੋਲ ਹਾਥੀ ਘੋੜੇ ਹੈ ਨਾ ਰਾਜੇ ਕੋਲ ਕੀ ਹੁੰਦਾ ਹਾਥੀ ਘੋੜੇ ਕਾਰਾਂ ਹੁੰਦੀਆਂ ਨੇ ਮਹਿਲ ਹੁੰਦੇ ਨੇ ਹੈ ਨਾ ਅਤੇ ਕਬੀਰ ਜੀ ਕਹਿੰਦੇ ਤੁਮ ਕਰ ਲੱਖ ਕੋਟ ਅਸਵ ਹਸਤੀ ਕਹਿੰਦਾ ਰਾਜੇ ਨੂੰ ਕਹਿੰਦਾ ਤੇਰੇ ਘਰ ਤਾਂ ਕਰੋੜਾਂ ਹਾਥੀ ਘੋੜੇ ਹੋਣਗੇ ਪਰ ਹਮ ਘਰ ਇੱਕ ਮੁਰਾਰੀ ਕਹਿੰਦਾ ਮੇਰੇ ਘਰ ਵਿੱਚ ਕੋਈ ਜਿਹੜਾ ਤੈਨੂੰ ਹਾਥੀ ਘੋੜੇ ਦਿੰਦਾ ਨਾ ਜਿਹੜਾ ਸਾਰਿਆਂ ਦਾ ਮਾਲਕ ਉਹ ਮੇਰੇ ਘਰ ਵਿੱਚ ਰਹਿੰਦਾ ਵਾਹਿਗੁਰੂ ਸਿੱਖ ਤੇਰੇ ਘਰ ਵਿੱਚ ਉਹ ਰਹਿੰਦਾ ਜਿਹੜਾ ਸਾਰੀ ਦੁਨੀਆਂ ਨੂੰ ਦਿੰਦਾ ਤੇਰੇ ਘਰ ਵਿੱਚ ਇਹਦਾ ਪ੍ਰਕਾਸ਼ ਹੋਣਾ ਚਾਹੀਦਾ ਸੀ ਇਹਦੀਆਂ ਪੋਥੀਆਂ ਦਾ ਪ੍ਰਕਾਸ਼ ਹੋਣਾ ਚਾਹੀਦਾ ਸੀ ਤੇਰੇ ਘਰ ਵਿੱਚ ਵਾਜੇ ਹੋਣੇ ਚਾਹੀਦੇ ਸੀ ਤੇਰੇ ਘਰ ਵਿੱਚ ਤਪਲੇ ਹੋਣੇ ਚਾਹੀਦੇ ਸੀ ਤੇਰੇ ਘਰ ਵਿੱਚ ਖੜਤਾਲਾਂ ਹੋਣੀਆਂ ਚਾਹੀਦੀਆਂ ਸੀ ਤੇਰੇ ਘਰ ਵਿੱਚ ਸਤਨਾਮ ਦਾ ਆਵਾਜ਼ਾ ਹੋਣਾ ਚਾਹੀਦਾ ਸੀ ਰੋਜ਼ ਸਵੇਰੇ ਤੇਰੇ ਘਰ ਵਿੱਚ ਉਹ ਆਵਾਜ਼ ਆਉਣੀ ਚਾਹੀਦੀ ਸੀ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
Ajuni Sahangar Prasad. Tere ghar vich sukh shanti honi chahidi si. Bolo Vaheguru. Vaheguru. Jadon de sikhan karon nikal gaye, eh cheezan nikal gaiyan. Sade ghar vich jadon de television aa gaye. Jadon diyan sade ghar vich filmaan aa gaiyan, chitrahar aa gaye. Phir vaje taple nikal gaye, pothiyan nikal gaiyan, gande geet aa gaye. Bolo Vaheguru. ਫਿਰ ਅਸੀਂ ਕੀ ਹੋ ਗਏ ਮਨਮੁਖ ਬੋਲੋ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ 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 ਗੁਰ ਕੇ ਭੈ ਕੀ ਸਾਹਿਬ ਗੁਰ ਕਾ ਭੈ ਨਹੀਂ ਰਿਹਾ ਬੋਲੋ ਵਾਹਿਗੁਰੂ ਵਾਹਿਗੁਰੂ ਨਹੀਂ ਤਾਂ ਤੁਹਾਡੀਆਂ ਕੰਧਾਂ ਵੀ ਬੋਲਦੀਆਂ ਵਾਹਿਗੁਰੂ ਵਾਹਿਗੁਰੂ ਤੁਹਾਡੇ ਪੱਖੇ ਵੀ ਬੋਲਦੇ ਵਾਹਿਗੁਰੂ ਵਾਹਿਗੁਰੂ ਮੈਂ ਤੁਹਾਨੂੰ ਪ੍ਰੈਕਟੀਕਲੀ ਦੱਸਦਾ ਕੋਈ ਦਾਸ ਦੇ ਘਰ ਸਿੰਘ ਆਏ ਅੰਮ੍ਰਿਤ ਵੇਲਾ ਕਰਨ ਲਈ ਬੋਲੋ ਵਾਹਿਗੁਰੂ ਵਾਹਿਗੁਰੂ ਰਾਤ ਨੂੰ ਆ ਕੇ ਅਤੇ ਥੋੜ੍ਹਾ ਸ਼ਕ ਸ਼ਕਾ ਕੇ ਤੁਸੀਂ ਵਿਸਰਾਮ ਕਰਨ ਲੱਗ ਗਏ ਬੋਲੋ ਵਾਹਿਗੁਰੂ ਵਾਹਿਗੁਰੂ ਅਤੇ ਨਾਲ ਦੇ ਕਮਰੇ 'ਚ ਜਿੱਦਾਂ ਕਮਰਾ ਸੀ ਉਹਦੇ 'ਚ ਪੱਖਾ ਚੱਲਦਾ ਰਿਹਾ ਗਿਆ ਅਤੇ ਉੱਥੇ ਸੁੱਤਾ ਕੋਈ ਨਹੀਂ ਸੀ ਪੱਖਾ ਹੀ ਚੱਲਦਾ ਸੀ ਖਾਲੀ ਪੱਖਾ ਚੱਲਦਾ ਸੀ ਕੋਈ ਸੁੱਤਾ ਨਹੀਂ ਸੀ ਉਸ ਕਮਰੇ 'ਚ ਅਤੇ ਇੱਕ ਸਿੰਘ ਨਾਲ ਦੇ ਕਮਰੇ 'ਚ ਸੁੱਤਾ ਸੀ ਅਤੇ ਉਹਨੂੰ ਜਾ ਥੋੜ੍ਹੀ ਜਿਹੀ ਜਾਗ ਆਈ ਅਤੇ ਉਹ ਕਹਿੰਦਾ ਉਹ ਸਿੰਘ ਤਾਂ ਉੱਠ ਪੀ ਪਏ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਏ ਉਹਨੇ ਫਟਾਫਟ ਆਪਣਾ ਇਸ਼ਾਰਾ ਚੁੱਕਿਆ ਅਤੇ ਇਸ਼ਨਾਨ ਕਰਕੇ ਅਤੇ ਉਹ ਜਾ ਕੇ ਕਮਰੇ 'ਚ ਗਿਆ ਪੱਖੇ ਥੱਲੇ ਦੇਖਿਆ ਤਾਂ ਉੱਥੇ ਕੋਈ ਵੀ ਨਾ ਅਤੇ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ ਤਾਂ ਉੱਠ ਪਿਆ ਮੈਂ ਕਿਹਾ ਸਾਰੇ ਸਿੰਘ ਵਾਹਿਗੁਰੂ ਕਰ ਦੇਣ ਪਿਆ ਇਹਦੇ ਪੱਖਾ ਸੀਗਾ ਨਹੀਂ ਸਮਝ ਲੱਗੇ ਜਿਹਨਾਂ ਦੇ ਅੰਦਰ ਵਾਹਿਗੁਰੂ ਹੈ ਉਹਨਾਂ ਨੂੰ ਪੱਖੇ ਦੀ ਹਵਾ ਵੀ ਵਾਹਿਗੁਰੂ ਸੁਣਾਈ ਦਿੰਦਾ ਗਾਵੇ ਤੁਹਾਨੂੰ ਪਾਉਣ ਪਾਣੀ ਅੱਗ ਬਾਲੋਗੇ ਨਾ ਸਿਲੰਡਰ ਬਾਲੋਗੇ ਨਾ ਤੋ ਜਦੋਂ ਬਲੇਗਾ ਫੱਕ ਕਰਕੇ ਤਾਂ ਤੁਹਾਨੂੰ ਲੱਗੇਗਾ ਕਹਿੰਦਾ ਵਾਹਿਗੁਰੂ ਪਰ ਪਹਿਲਾਂ ਤੁਹਾਡੇ ਅੰਦਰ ਹੋਏਗਾ ਇਹ ਸ਼ਰਤ ਹੈ ਬੋਲੋ ਵਾਹਿਗੁਰੂ 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 ਇੱਕ ਵਾਰ ਮੈਂ ਇੱਕ ਬਿਲਡਿੰਗ 'ਚ ਗਿਆ ਉੱਥੇ ਕੋਈ ਜੱਪੇ ਗੁਰੂ 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 ਬਿਲਡਿੰਗ ਬੜੀ ਵੱਡੀ ਸੀ ਅਤੇ ਸਾਰੇ ਪਾਸੇ ਆਵਾਜ਼ ਆਏ ਗੁਰੂ ਗੁਰੂ ਸਾਸ ਕਲਾਸ ਮੈਂ ਸਾਰੀ ਬਿਲਡਿੰਗ ਮੈਂ ਖੋਜਦਾ ਮੈਂ ਕਿਹਾ ਇੱਥੇ ਕਿਹੜਾ ਆ ਗਿਆ ਸਾਸ ਗਰਾਸ ਜੱਪਣ ਵਾਲਾ ਇੱਥੇ ਤਾਂ ਬੰਦੇ ਵੀ ਨਹੀਂ ਜੱਪਦੇ ਕਿਹੜੇ ਕੋਨੇ 'ਤੇ ਕੌਣ ਜੱਪਦਾ ਪਿਆ ਲੱਭਦੇ 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 ਮੈਂ ਇੱਕ ਕੋਨੇ 'ਤੇ ਗਿਆ ਅਤੇ ਉੱਥੇ ਕਬੂਤਰ ਬੈਠਾ ਅਤੇ ਉਹ ਕਰੇ ਗੁਰੂ 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 ਅਤੇ ਜਿਹੜਾ ਮਨਮੁੱਖ ਉਹਨੂੰ ਕੀ ਸੁਣਾਈ ਦੇਣਾ ਸੀ ਉਹਨੇ ਕਹਿਣੇ ਹੈ ਨਾ ਸੁਣਾਈ ਦੇਣਾ ਸਾਨੂੰ ਗੁਰੂ ਉਦੋਂ ਤੁਹਾਨੂੰ ਸੁਣਾਈ ਦੇਗਾ ਜਦੋਂ ਤੁਹਾਡੇ ਅੰਦਰ ਸੁਣਾਈ ਦੇਗਾ ਬੋਲੋ ਵਾਹਿਗੁਰੂ ਤਾਂ ਗੁਰੂ ਨੇ ਕਿਹਾ ਸੁਣ ਗੁਰਮੁਖ ਨਾਮ ਜਿਹੜੇ ਗੁਰਮੁਖ ਨੇ ਉਹ ਸੁਣਦੇ ਨੇ ਉਹਨੂੰ ਸਾਰੀ ਕੁਦਰਤ ਵਿੱਚੋਂ ਬਲਹਾਰੀ ਕੁਦਰਤ ਵਸਿਆ ਕੁਦਰਤ ਵਿੱਚੋਂ ਉਹਨੂੰ ਦੇਖਦੇ ਨੇ ਪੌਣ ਚੱਲਦੀ ਹੈ ਉਹਦੀ ਆਵਾਜ਼ ਆਉਂਦੀ ਹੈ ਬੱਦਲ ਗਰਜਦੇ ਨੇ ਉਹਦੀ ਆਵਾਜ਼ ਆਉਂਦੀ ਹੈ ਬਿਜਲੀ ਚਮਕਦੀ ਹੈ ਉਹਦੇ ਦਰਸ਼ਨ ਹੁੰਦੇ ਨੇ ਵਾਹਿਗੁਰੂ ਵਾਹਿਗੁਰੂ ਉਹ ਆਨੰਦ ਮਾਣਦੇ ਨੇ ਬੋਲੋ ਵਾਹਿਗੁਰੂ ਘੰਟਿਆਂ ਬੱਧੀ ਲੋਕ ਭਾਈ ਸਾਹਿਬ ਜਾਂਦੇ ਤਾਂ ਘੰਟਿਆਂ ਬੱਧੀ ਪਹਾੜਾਂ 'ਚ ਚੱਲ ਜਾਣਾ ਘੰਟਿਆਂ ਬੱਧੀ ਅਜੇ ਝਰਨੇ ਉੱਥੋਂ ਡਿੱਗਦੇ ਨੇ ਨਾ ਉੱਥੇ ਬੈਠੇ ਰਹਿਣਾ ਅਤੇ ਉਹਦੀ ਆਵਾਜ਼ ਸੁਣਦੇ ਰਹਿਣਾ ਬੋਲੋ ਵਾਹਿਗੁਰੂ ਬਾਣੀ 'ਚ ਇੱਕ ਪੰਕਤੀ ਆਉਂਦੀ ਹੈ ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਤੇ ਆਵੇ ਗੋ ਤੁਸੀਂ ਪੜ੍ਹੀ ਹੋਣੀ ਸਾਸਨ ਸਾਸ ਸਾਸ ਬਲ ਪਾਈ ਹੈ ਸਵਾਸ ਸਵਾਸ ਜਪਦਿਆਂ ਇੰਨੀ ਤਾਕਤ ਆ ਗਈ ਬਿਨਾਂ ਸਵਾਸਾਂ ਤੋਂ ਹੀ ਨਾਮ ਜਪਿਆ ਜਾ ਰਿਹਾ ਅਤੇ ਮੈਂ ਕਹਿਣਾ ਮਹਾਰਾਜ ਜੀ ਕਿੱਦਾਂ ਹੋ ਸਕਦਾ ਕੋਸ਼ਿਸ਼ ਵੀ ਕੀਤੀ ਵਾਲੀ ਵੀ ਬਿਨਾਂ ਸਵਾਸਾਂ ਤੋਂ ਕਿਵੇਂ ਹੋਵੇ ਹੁਣ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਇੱਕ ਦਿਨ ਮੀਂਹ ਪਿਆ ਤਾਂ ਮੈਂ ਬਾਹਰ ਖੇਤਾਂ ਨੂੰ ਮੀਂਹ ਪੈਣ ਤੋਂ ਬਾਅਦ ਖੇਤਾਂ ਨੂੰ ਚਲ ਗਿਆ ਸਮਝ ਲੱਗਦੀ ਮੇਰੀ ਪੰਜਾਬੀ ਬੋਲਦਾ ਪਿਆ ਮੈਂ ਅੰਗਰੇਜ਼ੀ ਘੱਟ ਬੋਲਦਾ ਬੋਲੋ ਵਾਹਿਗੁਰੂ ਖੇਤਾਂ ਨੂੰ ਗਿਆ ਸ਼ਾਮ ਦਾ ਟਾਈਮ ਸੀ ਈਵਨਿੰਗ ਬੋਲੋ ਵਾਹਿਗੁਰੂ ਸੂਰਜ ਡੁੱਬਣ ਲੱਗਾ ਸੀ ਥੋੜ੍ਹਾ ਥੋੜ੍ਹੀ 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 ਲਾਈਟ ਰਹਿ ਗਈ ਸੀ ਬੋਲੋ ਵਾਹਿਗੁਰੂ ਅਤੇ ਉੱਥੇ ਖੇਤਾਂ ਦੇ ਵਿੱਚ ਨਾ ਛੋਟੇ ਛੋਟੇ ਕੀੜੇ ਬੋਲਦੇ ਸੀ ਅਤੇ ਉਹ ਬੋਲਦੇ ਸੀ ਗੁਰੂ ਬੋਲੀ ਜਾਂਦੇ ਸੀ ਉਹਨਾਂ ਦੀ ਆਵਾਜ਼ ਟੁੱਟਦੀ ਨਹੀਂ ਸੀ ਮੈਂ ਉਹਨਾਂ ਦੇ ਕੋਲ ਬਹਿ ਗਿਆ ਉੱਧਰ ਮੈਨੂੰ ਸਮਝ ਲੱਗਿਆ ਵੀ ਇਹ ਵੀ ਨੇ ਸਾਸਨ ਨਾਮ ਤੇ ਆਵੇ ਇੱਕੋ ਸਾਸ ਨਾਲ ਹੀ ਜੱਪੀ ਹੀ ਜਾਂਦੇ ਨੇ ਫਿਰ ਜਦੋਂ ਕਿਤੇ ਜੀ ਕਰਨਾ ਜਦੋਂ ਸੰਗਤ ਤੁਸੀਂ ਕਹਿੰਦੇ ਨਾ ਸੰਗਤ ਨਹੀਂ ਲੱਭਦੀ ਹੈ ਨਾ ਮਾਰੇ ਕਹਿੰਦੇ ਇਹਨਾਂ ਦੀ ਕਰ ਲੈ ਇਹਨਾਂ ਨਾਲ ਬਹਿ ਜਾ ਜੱਪੋ
ਵਾਹਿਗੁਰੂ ਤੁਹਾਡੇ ਲਈ ਸਾਰਾ ਕੁਛ ਇਹ ਨਵਾਂ ਜੋ ਮੈਂ ਦੱਸ ਰਿਹਾ ਬੋਲੋ ਵਾਹਿਗੁਰੂ 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 ਕੋਇਲ ਬੋਲਦੀ ਕੀ ਬੋਲਦੀ ਉਹ ਵੀ ਤੂੰ ਹੀ ਕਹਿੰਦੀ ਹੈ ਉਹ ਵੀ ਵਿਛੋੜੇ 'ਚ ਬੋਲਦੀ ਹੈ ਬਾਪੂ ਨੇ ਲਿਖਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿੋ ਆਪਾਂ ਤਾਂ ਨਹੀਂ ਜਲੇ ਨਾ ਮਤਲਬ ਵਾਹਿਗੁਰੂ ਜਲ ਤਾਂ ਗਏ ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡਾ ਤਾਂ ਸਾਰਾ ਜੀਵਨ ਹੀ ਬਲ ਗਿਆ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਬਲ ਤਾਂ ਗਏ ਅਸੀਂ ਵਾਹਿਗੁਰੂ ਸਾਨੂੰ ਪਤਾ ਨਹੀਂ ਲੱਗਿਆ ਬੋਲੋ ਵਾਹਿਗੁਰੂ 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 ਗੁਰਮੁਖ ਸਦ ਜੀਤ ਮਨਮੁਖ ਸਦ ਹਾਰ ਮਨਮੁਖ ਸਦਾ ਹਾਰ ਕੇ ਜਾਂਦਾ ਸੰਸਾਰ ਤੋਂ ਗੁਰਮੁਖ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਲਾਹਾ ਲੈ ਕੇ ਜਾਂਦਾ ਅੱਜ ਉੱਠੇ ਸੀ ਸਵੇਰੇ ਉੱਠੇ ਸ਼ਾਬਾਸ਼ ਗੁੱਡ ਵੈਰੀ ਗੁੱਡ ਗੁਰੂ ਮੇ ਗੋਡ ਬਲੈਸ ਯੂ ਵਾਹਿਗੁਰੂ ਵਾਹਿਗੁਰੂ ਸਾਰੇ ਉੱਠਿਆ ਕਰੋ ਵਾਹਿਗੁਰੂ 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 ਗੁਰੂ ਦਾ ਹੁਕਮ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਬਿਖੜੇ ਦਾ ਉਹ ਲੰਘਾਏ ਮੇਰਾ ਸਤਿਗੁਰ ਸੁਖ ਸਹਿ ਛੇਤੀ ਕਰ ਜਾਤੇ ਤੁਹਾਡੇ ਔਖੀਆਂ ਜਿਹੜੀਆਂ ਘੜੀਆਂ ਨੇ ਉਹ ਗੁਰੂ ਕੱਟ ਦੇਣਗੇ ਆਪ ਬੋਲੋ ਵਾਹਿਗੁਰੂ ਦੇਖੋ ਤੁਹਾਡੇ ਜੀਵਨ ਵਿੱਚ ਦੇ ਵਿਲ ਬੀ ਕੋਈ ਡਿਫੀਕਲਟੀ ਹੈ ਇਫ ਦੇਰ ਕਮਸ ਐਨੀ ਡਿਫੀਕਲਟੀ ਗੁਰੂ ਵਿਲ ਰਿਮੂਵ ਦੈਟ ਇਫ ਯੂ ਗੈਟ ਅਪ ਅਰਲੀ ਇਨ ਦਾ ਮੋਰਨਿੰਗ ਐਂਡ ਜਪ ਨਾਮ ਐਂਡ ਗੁਰੂ ਵਿਲ ਹੈਲਪ ਯੂ ਗੁਰੂ ਵਿਲ ਰਿਮੂਵ ਯੂਅਰ ਡਿਫੀਕਲਟੀਜ਼ ਵਾਹਿਗੁਰੂ ਵਾਹਿਗੁਰੂ ਸਤਿਗੁਰ ਤੁਮਰੇ ਕਾਜ ਵਾਰੇ ਗੁਰੂ ਵਿਲ ਡੂ ਯੋਰ ਕਾਜ ਵਾਹਿਗੁਰੂ 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 ਸਾਨੂੰ ਵੀ ਕਈ ਕਹਿੰਦੇ ਅਰਦਾਸ ਕਰ ਦਿਓ ਜੀ ਸਾਡੀ ਮੈਂ ਕਿਹਾ ਉਹਨੂੰ ਕਹੋ ਬਾਪੂ ਨੂੰ ਕੰਮ ਤਾਂ ਉਹਨੇ ਕਰਨੇ ਨੇ ਮੈਨੂੰ ਕਹਿਣ ਨਾਲ ਕੀ ਹੋਣਾ ਰਾਖਾ ਏਕ ਰਾਖਾ ਏਕ ਨਹੀਂ ਗੱਲ ਨਹੀਂ ਬਣੀ ਮਹਿਸੂਸ ਕਰਕੇ ਨਹੀਂ ਆਖਦੇ ਪਏ ਮੇਰੇ ਕਹਿਣ 'ਤੇ ਆਖ ਦਿੱਤਾ ਮੇਰੇ ਕਹਿਣ 'ਤੇ ਨਾ ਆਖੋ ਨਾ ਉਹਨੂੰ ਆਖੋ ਉਹਨੂੰ ਰਾਖਾ ਏਕ ਅਤੇ ਤੂੰ ਇੱਕੋ ਹੀ ਮੇਰਾ ਰਾਖਾ ਹੈ ਅਤੇ ਫਿਰ ਪ੍ਰਤੀਤ ਹੋਵੇ ਫਿਰ ਦੂਜੀ ਜਗ੍ਹਾ 'ਤੇ ਨਹੀਂ ਜਾਣਾ ਜੇ ਇਹਨੂੰ ਛੱਡ ਕੇ ਦੂਜੀ ਜਗ੍ਹਾ 'ਤੇ ਚਲੇ ਗਏ ਜਾਂ ਮਨ ਵਿੱਚ ਕੁਛ ਹੋ ਰਿਹਾ ਤਾਂ ਇਹਨੂੰ ਤਾਂ ਪਤਾ ਇਹ ਉਂਝ ਹੀ ਕਰਦਾ ਪਿਆ ਮੂੰਹ ਤੋਂ ਹੀ ਕਹਿੰਦਾ ਪਿਆ ਰਾਖਾ ਏਕ ਸਮਾਰ ਹਮਾਰਾ ਸਵਾਮੀ ਅੰਦਰੋਂ ਨਹੀਂ ਕਹਿੰਦਾ ਪਿਆ ਰਾਖਾ ਏਕ ਹਮਾਰਾ ਸਵਾਮੀ ਚਲੋ ਇੱਦਾਂ ਬੈਠੋ ਪੇਟ ਸਿੱਧੇ ਕਰ ਅੱਖਾਂ ਬੰਦ ਕਰੋ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰੋ ਹੱਥ ਜੋੜੇ ਦਿਆ ਇਹ ਦਿਆ ਇਹਨੂੰ ਆਖੋ ਜਰਾ ਇੱਕ ਵਾਰੀ ਆਖੋ ਸਤਿਗੁਰ ਆਇਓ ਸ਼ਰਨ ਤੁਹਾਰੀ ਅਤੇ ਉਹ ਅੱਗੋਂ ਪੁੱਛਦਾ ਤੁਹਾਨੂੰ ਪੁੱਤਰ ਕੀ ਕਰਨਾ ਹੈ ਪੁੱਛੇਗਾ ਨਾ ਜਦੋਂ ਤੁਸੀਂ ਕਹੋਗੇ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ 'ਚ ਆਇਆ ਵਾਂ ਅਤੇ ਜੇ ਤੁਸੀਂ ਹਾਜ਼ਰ ਨਾਜ਼ਰ ਕਰਕੇ ਪੁੱਛਿਆ ਉਹਨੂੰ ਅਤੇ ਉਹ ਅੱਗੋਂ ਪੁੱਛਦਾ ਪੁੱਤਰ ਮੇਰੀ ਧੀ ਤੂੰ ਕੀ ਕਰਨਾ ਹੀ ਹੈ ਅਤੇ ਤੁਸੀਂ ਫਿਰ ਕਿਉਂ ਮਿਲੈ ਸੁਖ ਸਤਿਗੁਰੂ ਜੀ ਮੈਨੂੰ ਰੱਬ ਨਾਲ ਮਿਲਾ ਦਿਓ ਸੁਖ ਤੂੰ ਭਾਵੇਂ ਵਾਹਿਗੁਰੂ ਪਰਮਾਤਮਾ ਹਾਜ਼ਰ ਨਾਜ਼ਰ ਤੁਸੀਂ ਫਿਰ ਉਹਨੂੰ ਆਖਿਓ ਫਿਰ ਕੋਠੀ ਨਾ ਮੰਗਿਓ ਜਦੋਂ ਉਹ ਤੁਹਾਨੂੰ ਪੁੱਛੇਗਾ ਨਾ ਮੇਰੀ ਧੀ ਮੇਰਾ ਪੁੱਤਰ ਤੈਨੂੰ ਕੀ ਚਾਹੀਦਾ ਅਤੇ ਉਦੋਂ ਕਿਤੇ ਭੁਲੇਖਾ ਨਾ ਖਾ ਜਿਓ ਛੋਟੀ ਜਿਹੀ ਮੰਗ ਨਾ ਕੋਈ ਮੰਗ ਲਿਓ ਬੋਲੋ ਵਾਹਿਗੁਰੂ ਉਦੋਂ ਕੀ ਕਿਹੋ ਮਿਲੈ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ ਅਤੇ ਉਹ ਫਿਰ ਤੁਹਾਨੂੰ ਪੁੱਛੇਗਾ ਤੂੰ ਜਿੱਥੇ ਪਹਿਲਾਂ ਜਾਂਦਾ ਸੀ ਉੱਥੋਂ ਨਹੀਂ ਤੈਨੂੰ ਕੁਛ ਮਿਲਿਆ ਉਹ ਜਿਹੜੇ ਬਾਹਮਣ ਕੋਲ ਜਾਂਦਾ ਸੀ ਜਿਹੜੇ ਪੰਡਿਤ ਕੋਲ ਜਾਂਦਾ ਸੀ ਜਿਹੜੀ ਦੇਵੀ 'ਤੇ ਮੱਥਾ ਟੇਕਦਾ ਸੀ ਜਾਂ ਜਿਹੜੇ ਸ਼ਰਾਬਖਾਨੇ ਜਾਂਦਾ ਸੀ ਜਿੱਥੇ ਜਿੱਥੇ ਵੀ ਤੂੰ ਜਾਂਦਾ ਸੀ ਉੱਥੋਂ ਨਹੀਂ ਤੇਰਾ ਸਰਿਆ ਕੋਈ ਬੋਲੋ ਵਾਹਿਗੁਰੂ ਫਿਰ ਤੁਸੀਂ ਆਖਿਓ ਅਵਰ ਨਾ ਸੋਜੈ ਦੂਜੀ ਠਾਰ ਸਮਝ ਲੱਗੀ ਕੋਈ ਕੀ ਆਖੋਗੇ ਫਿਰ ਨਹੀਂ ਹੁਣ ਨੀ ਮੈਂ ਮਹਾਰਾਜ ਕਿਧਰੇ ਹੋਰ ਜਾਂਦਾ ਹਾਰ ਪਰਿਓ ਤੋ ਦੁਆਰੀ ਮੈਂ ਹੁਣ ਤੇਰੇ ਦੁਆਰੇ ਆ ਗਿਆ ਸਗਲ ਦੁਆਰ ਕੋ ਛੱਡ ਕੇ
ਬਾਏ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ ਫਿਰ ਤੇ ਅਮਰ ਛਕਣਾ ਪੈਣਾ ਵਾਹਿਗੁਰੂ ਵਾਹਿਗੁਰੂ ਹਾਰ ਪਰਿਓ ਤਾਂ ਤੇ ਉਹਨੇ ਫਿਰ ਤੁਹਾਨੂੰ ਕਹਿਣਾ ਖੰਡੇ ਪਾਟੇ ਤੇ ਪੌਲ ਛਕ ਲੈ ਫਿਰ ਛਕ ਲੋਗੇ ਐ ਆ ਹਾਰ ਪਰਿਓ ਤੋਂ ਦੁਆਰੀ ਸਤਿਗੁਰ ਪੂਰਾ ਭੇਟਿਆ ਜਿਨ ਭੇਟਿਆ ਮੈਨੇ ਦਰਸ਼ਨ ਕੀਤੇ ਅਸੀਂ ਤਾਂ ਖੁਸ਼ ਹੋ ਜਾਂਦੇ ਨਾ ਤਾਤੀ ਵਾਉਣ ਲੱਗੀ ਪਾਰਵਨ ਇਹ ਸ਼ਬਦ ਪੜ੍ਹਦੇ ਹੋ ਤਾਤੀ ਵਾਉਣ ਲੱਗੀ ਪਾਰਵਨ ਸੁਣਾਈ ਚੁਗਿਰਦ ਹਮਾਰੇ ਰਾਮਕਾਰ ਦੁੱਖ ਇਹ ਕੰਮ ਕੀਤਾ ਕਿਨੇ ਸਤਿਗੁਰ ਪੂਰਾ ਤਾਂ ਇਹ ਕੰਮ ਹੋਇਆ ਤਾਤੀ ਵਾਉਣ ਲੱਗੀ ਪਾਰਵਨ ਸੁਣਾਈ ਜੇ ਗੁਰੂ ਪੂਰੇ ਦੇ ਦਰਸ਼ਨ ਨਹੀਂ ਕੀਤੇ ਤੇ ਨਹੀਂ ਹੋਣਾ ਵਾਹਿਗੁਰੂ ਜਿਨ ਮੰਤ ਬਣਾਈ ਤੇ ਗੁਰੂ ਨੇ ਫਿਰ ਕੀ ਦਿੱਤਾ ਰਾਮ ਨਾਮ ਔਖਤ ਦਵਾਈ ਦਿੱਤੀ ਇਹ ਦਵਾਈ ਫਿਰ ਕੀ ਕਰਦੀ ਹੈ ਕਾਟੇ ਜੰਮ ਕੇ ਫੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੇ ਜੰਮ ਕੇ ਇਹ ਦਵਾਈ ਜਮਾਂ ਦੀ ਫਾਂਸੀ ਕੱਟ ਦਿੰਦੀ ਹੈ ਦੁਨੀਆਂ ਦੀਆਂ ਦਵਾਈਆਂ ਤੇ ਬਿਮਾਰੀ ਵੀ ਨਹੀਂ ਦੂਰ ਕਰਦੀਆਂ ਇੱਕ ਤੁਸੀਂ ਅੰਗਰੇਜ਼ੀ ਦਵਾਈਆਂ ਖਾਓ ਇੱਕ ਹਟਾਉਂਦੀਆਂ ਤੇ 10 ਲਾਉਂਦੀਆਂ ਨੇ ਨਾਲ ਜੇ ਤੁਹਾਨੂੰ ਪਤਾ ਹੋਵੇ ਤੇ ਸਾਈਡ ਇਫੈਕਟ ਕਹਿੰਦੇ ਨੀ ਡਾਕਟਰ ਇਹਦਾ ਸਾਈਡ ਇਫੈਕਟ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਬੋਲੋ ਵਾਹਿਗੁਰੂ ਇਹਦਾ ਕੋਈ ਸਾਈਡ ਇਫੈਕਟ ਨਹੀਂ ਬੋਲੋ ਵਾਹਿਗੁਰੂ ਤੁਸੀਂ ਖਾਂਦੇ ਨਹੀਂ ਮੈਂ ਖਾਂਦਾ ਨਹੀਂ ਬੋਲੋ ਵਾਹਿਗੁਰੂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੈਂਸਰ ਠੀਕ ਹੋ ਗਿਆ ਇਹਦੇ ਨਾਲ ਬੋਲੋ ਵਾਹਿਗੁਰੂ ਜਿਹਨਾਂ ਨੇ ਇਹ ਬਾਣੀ ਪੜ੍ਹੀ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਐਗਜ਼ੈਂਪਲਸ ਨੇ ਜਿਹਨਾਂ ਦੇ ਕੈਂਸਰ ਤੱਕ ਠੀਕ ਹੋ ਗਏ ਗੁਰਬਾਣੀ ਪੜ੍ਹ ਕੇ ਬੋਲੋ ਵਾਹਿਗੁਰੂ ਅਸੀਂ ਆਪਣਾ ਜਨਮ ਸਫਲਾ ਕਰਨ ਆਏ ਹਾਂ ਬੋਲੋ ਵਾਹਿਗੁਰੂ 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 ਸੋ ਗੁਰਸਿੱਖ ਧੰਨ ਧੰਨ ਹੈ ਕਿਹੜਾ ਜੀ ਜਿਹਨੇ ਬੜੀ ਦੌਲਤ ਇਕੱਠੀ ਕਰ ਲਈ ਜਿਨ ਗੁਰ ਉਪਦੇਸ਼ ਸੁਣਿਆ ਗੁਰ ਕੰਨੀ ਜਿਹਨੇ ਪੰਜਾਂ ਪਿਆਰਿਆਂ ਕੋਲ ਜਾ ਕੇ ਤੇ ਗੁਰੂ ਦਾ ਉਪਦੇਸ਼ ਆਪਣੇ ਕੰਨਾਂ ਨਾਲ ਸੁਣ ਲਿਆ ਵੀ 4 ਬਜੇ ਕੁਰਿਆਤਾ ਨਹੀਂ ਕਰਨੀਆਂ 5 ਕਕਾਰੀ ਰਹਿਤ 'ਚ ਰਹਿਣਾ ਸਵੇਰੇ ਗੁਰਬਾਣੀ ਪੜ੍ਹਨੀ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸਵਾਸ ਸਵਾਸ ਸਿਮਰਨ ਕਰਨਾ ਦਸਵੰਧ ਕੱਢਣਾ ਝੂਠ ਨਹੀਂ ਬੋਲਣਾ ਨਿੰਦਿਆ ਨਹੀਂ ਕਰਨੀ ਉਹ ਗੁਰਸਿੱਖ ਫਿਰ ਧੰਨ ਹੈ ਬੋਲੋ ਵਾਹਿਗੁਰੂ ਜਿਉਂਦਾ ਹੀ ਬੋਲੋ ਵਾਹਿਗੁਰੂ ਤੇ ਜਿਹੜਾ ਜਿਉਂਦਾ ਧੰਨ ਹੈ ਮਰਨ ਤੋਂ ਬਾਅਦ ਵੀ ਧੰਨ ਹੀ ਰਹੇਗਾ ਨਾ ਹਾਂਜੀ ਧੰਨ ਹੀ ਰਹੂਗਾ ਨਾ ਤੇ ਜਿਹੜਾ ਜਿਉਂਦਾ ਵਿਛੜਿਆ ਉਹ ਮਰਨ ਤੋਂ ਬਾਅਦ ਤੇ ਆਪਾਂ ਤੇ ਅਰਦਾਸ ਕਰਨੇ ਇਹਨੂੰ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਵਾਹਿਗੁਰੂ ਬਖਸ਼ ਦੇਗਾ ਸਾਡੇ ਆਖੇ ਜਿਹੜਾ ਉਹਦੇ ਆਖੇ ਨਹੀਂ ਲੱਗਾ ਉਹਨੂੰ ਕਿਉਂ ਬਖਸ਼ ਦੇ ਨਹੀਂ ਸਮਝ ਲੱਗੀ ਵਾਹਿਗੁਰੂ ਸਾਰੀ ਉਮਰ ਆਖਰੀ ਸਵਾਸ ਤੱਕ ਮਨਮੁਖ ਰਿਹਾ ਗੁਰ ਕੇ ਭੈ ਕੀ ਸਾਰ ਨਹੀਂ ਜਾਣੀ ਤੇ ਹੁਣ ਗੁਰੂ ਉਹਨੂੰ ਸੱਚਖੰਡ ਲੈ ਜਾਵੇ ਖਰਾਬ ਕਰਨਾ ਉੱਥੇ ਜਾ ਕੇ ਕੀ ਕਰੇਗਾ ਫਿਰ ਝਗੜਾ ਹੀ ਕਰੇਗਾ ਨਾ ਤਾਂ ਹੀ ਮਨ ਗੁਰੂ ਨੇ ਕਿਹਾ ਮਨਮੁੱਖਾਂ ਨਾਲੋਂ ਟੁੱਟੀ ਚੰਗੀ ਟੁੱਟੀ ਭਲੀ ਇਹਨਾਂ ਨਾਲੋਂ ਟੁੱਟੀ ਭਲੀ ਨਹੀਂ ਤੇ ਉੱਥੇ ਵੀ ਝਗੜਾ ਕਰਨਗੇ ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਈ ਵਾਰੀ ਗੁਰਮੁਖ ਵੀ ਝਗੜਾ ਕਰਦੇ ਨੇ ਬੋਲੋ ਵਾਹਿਗੁਰੂ ਆਪਸ ਵਿੱਚ ਝਗੜਾ ਕਰਦੇ ਨੇ ਤੇ ਉਹ ਕਹਿੰਦਾ ਇਹ ਇੱਥੇ ਬੈਠਾ ਮੈਂ ਨਹੀਂ ਇੱਥੇ ਜਾਣਾ ਬੋਲੋ ਵਾਹਿਗੁਰੂ ਦੇਖੇ ਹੁਣ ਨਾ ਸਾਡੇ ਵੀ ਕੋਲ ਸੀਗੇ ਤੇ ਦੋ ਗੁਰਮੁਖ ਪਿਆਰੇ ਤੇ ਆਪਸ ਵਿੱਚ ਝਗੜ ਪਏ ਤੇ ਉਹ ਕਹਿੰਦਾ ਜੇ ਉੱਥੇ ਹੋਇਆ ਤੇ ਮੈਂ ਨਹੀਂ ਉੱਥੇ ਜਾਣਾ ਮੈਂ ਕਿਹਾ ਅੱਛਾ ਤੇ ਜੇ ਉਹ ਮਰ ਕੇ ਪਹਿਲਾਂ ਸੱਚਖੰਡ ਚਲਾ ਗਿਆ ਤੇ ਫਿਰ ਕੀ ਕਹਿੰਦਾ ਮੈਂ ਨਹੀਂ ਜਾਣਾ ਹੁਣ ਨਹੀਂ ਸਮਝ ਲੱਗੀ ਨਹੀਂ ਪਰ ਉਹ ਤੇ ਪਹਿਲਾਂ ਹੀ ਉੱਥੇ ਬੈਠਾ ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਇੱਥੇ ਤਾਂ ਗੁਰੂ ਨੇ ਸਾਨੂੰ ਕਿਹਾ ਸੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਉੱਥੇ ਵੱਖਰੇ ਵੱਖਰੇ ਕਮਰੇ ਨਹੀਂ ਜੇ ਆ ਗਏ ਜੇ ਚਲੋ ਸੁਰਜੀਤ ਸਿੰਘ ਨੂੰ ਉਸ ਕਮਰੇ 'ਚ ਬਿਠਾ ਦਿਓ ਜੀ ਹੁਣ ਮੈਂ ਆਇਆ ਤੇ ਮੈਨੂੰ ਇੱਥੇ ਬਿਠਾ ਲਓ ਤਾਂ ਇੱਥੇ ਹੀ ਇਕੱਠੇ ਬਹਿਣਾ ਪੈਣਾ ਇੱਥੇ ਹੀ ਰਲ ਕੇ ਜਾਣਾ ਪੈਣਾ ਬੋਲੋ ਵਾਹਿਗੁਰੂ ਤਾਂ ਗੁਰੂ ਨੇ ਇੱਕੋ ਹੀ ਰਾਹ ਦਿੱਤੀ ਸੀ ਤੁਹਾਨੂੰ ਇੱਕੋ ਹੀ ਜੀਵਨ ਦਿੱਤਾ ਸੀ ਇੱਕੋ ਹੀ ਸਿੱਖ ਦੀ ਗੱਲ ਕੀਤੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਜੇ ਬਹੁਤੇ ਸਿੱਖ ਹੁੰਦੇ ਬਹੁਤੀ ਕਿਸਮ ਦੇ ਸਿੱਖ ਹੁੰਦੇ ਫਿਰ ਪਤਾ ਕੀ ਲਿਖਣਾ ਸੀ ਗੁਰ ਸਤਿਗੁਰ ਕੇ ਜੋ ਸਿੱਖ ਅਖਾਏ ਪਿੱਛੇ ਬਿੰਦੀ ਲੱਗਣੀ ਸੀ ਕਾ ਦੀ ਜਗ੍ਹਾ 'ਤੇ ਕੇ ਹੋ ਜਾਣਾ ਸੀ ਇਹਦਾ ਮਤਲਬ ਇੱਕੋ ਹੀ ਤਰ੍ਹਾਂ ਦੀ ਸਿੱਖੀ ਹੈ ਇੱਕੋ ਹੀ ਤਰ੍ਹਾਂ ਦੀ ਰਹਿਤ ਹੈ ਇੱਕੋ ਹੀ ਗੁਰੂ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ
ਇੱਕੋ ਸੌਦਾ ਇੱਕ ਹੱਟ ਰਤਨੀ ਭਰੇ ਭੰਡਾਰ ਤੁਹਾਡੀ ਮਰਜ਼ੀ ਹੈ ਇੱਕ ਰਤਨ ਚੁੱਕ ਲਓ ਤੁਹਾਡੀ ਮਰਜ਼ੀ ਹੈ ਝੋਲਾ ਭਰ ਕੇ ਲੈ ਜਾਓ ਤੁਹਾਡੀ ਮਰਜ਼ੀ ਹੈ ਗੱਡੀ ਭਰ ਕੇ ਲੈ ਜਾਓ ਟਰੱਕ ਭਰ ਕੇ ਲੈ ਜਾਓ ਪਲੇਨ ਭਰ ਕੇ ਲੈ ਜਾਓ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਭਰ ਕੇ ਲੈ ਜਾਓ ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਹੁਣ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਰਤਨ ਖਾਣੇ ਨੇ ਗੁਰਬਾਣੀ 'ਚੋਂ ਤੁਹਾਡੀ ਮਰਜ਼ੀ ਹੈ ਤੁਸੀਂ ਪੱਬਾਂ ਕਲੱਬਾਂ 'ਚ ਜਾ ਕੇ ਅਤੇ ਡੱਡੂ ਮੱਛੀਆਂ ਖਾਣੀਆਂ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਮਨਮੁੱਖ ਬਣਨਾ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਗੁਰਮੁੱਖ ਬਣਨਾ ਹੈ ਥੋੜ੍ਹੀ ਜੋ ਅੱਗੇ ਚੱਲਿਆ ਨਹੀਂ ਵਿਚਾਰ ਤੋਂ ਫਿਰ ਥੋੜ੍ਹੀ ਹੋਰ ਪਾਸੇ ਨੂੰ ਤਾਂ ਆਪਾਂ ਉੱਥੇ ਰਹਿਣਾ ਆਪਾਂ ਕੀ ਬਣਨਾ ਜੀ ਹੁਣ ਗੁਰਮੁਖ ਜਨਮ ਸਵਾਰ ਇਹਨੂੰ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮਰਿਆ ਇਸ ਤਰ੍ਹਾਂ ਨਹੀਂ ਵੀ ਲੋਕੀ ਕਹਿਣ ਜੀ ਜਿਹੋ ਜਿਹਾ ਮਰਜ਼ੀ ਹੋਵੇ ਲੋਕਾਂ ਦੀ ਹਾਂ ਜੀ ਇਹ ਗੁਰਮੁਖ ਨਹੀਂ ਨਹੀਂ ਉਹ ਮਨਮੁੱਖ ਜਨਮ ਵਿਗਾੜ ਨਰਕਾਂ ਨੂੰ ਚੱਲਿਆ ਤੁਹਾਡਾ ਸਾਰਿਆਂ ਦਾ ਸਤਿਗੁਰੂ ਭਲਾ ਕਰਨਾ ਅੱਜ ਆਖਰੀ ਦੇਣਾ ਮੇਰੇ ਖਿਆਲ ਹਾਂਜੀ ਜ਼ਿੰਦਗੀ ਦਾ ਨਹੀਂ ਵਾਹਿਗੁਰੂ ਜੇ ਕਿਤੇ ਇੱਦਾਂ ਹੋ ਜਾਏ ਨਾ ਮੈਂ ਤਾਂ ਬੜਾ ਖੁਸ਼ ਹਾਂ ਇੱਥੇ ਹੀ ਹੋ ਜਾਵੇ ਵਾਹਿਗੁਰੂ ਤੇ ਮੇਰਾ ਇਹ ਆਖਰੀ ਹੋ ਜਾਵੇ ਤੇ ਮੈਂ ਬੜਾ ਖੁਸ਼ ਹਾਂ ਜੀਣਾ ਕਾਹਦੇ ਵਾਸਤੇ ਆ ਨਾਮ ਜਪਣ ਵਾਸਤੇ ਵਾਹਿਗੁਰੂ ਤੇ ਜੇ ਨਾਮ ਨਹੀਂ ਜਪਿਆ ਤੇ ਕਾਹਦਾ ਜੀਣਾ ਹੈ ਉਹ ਜੀਵਨ ਵੀ ਕਾਹਦਾ ਹੈ ਜੇ ਨਾਮ ਹੀ ਨਹੀਂ ਜਪਿਆ ਤੇ ਫਿਰ ਜੀ ਕੇ ਵੀ ਕੀ ਲੈਣਾ ਇਹਨੂੰ ਗੁਰੂ ਨੇ ਕਿਹਾ ਸੀ ਭੋਏ ਭਾਰਤੀ ਉਹ ਧਰਤੀ 'ਤੇ ਭਾਰ ਨੇ ਜੇ ਅਸੀਂ ਨਾਮ ਨਹੀਂ ਜਪਦੇ ਅਸੀਂ ਧਰਤੀ 'ਤੇ ਚਾਰ ਮਣ ਭਾਰ ਪਾਇਆ ਹੋਇਆ ਹੈ ਪਾਇਆ ਕਿ ਨਹੀਂ ਧਰਤੀ ਦਾ ਭਾਰ ਹੌਲਾ ਕਰੋ ਨਾ ਲੋ ਵਾਹਿਗੁਰੂ ਬੋਲੀ ਜਾਓ ਵਾਹਿਗੁਰੂ ਬੋਲੀ ਜਾਓ ਵਾਹਿਗੁਰੂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ